भाई गुरशरण सिंह जी लुधियाना वालियां दी रस भिन्नी आवाज विच हर वेले कथा कीर्तन अते सिमरन दा आनंद मानन लई भाई गुरशरण सिंह जी ऑफिशियल चैनल यूट्यूब नू सब्सक्राइब करो अते नवे कीर्तन वीडियोस लई बेल आइकन नू जरूर दबाओ अते ऑल नू सिलेक्ट करो। इस नाल हर नवे वीडियो दा नोटिफिकेशन आप जी दे मोबाइल ते आएगा, फिर तुसी उस दा आनंद माण सकदे हो। सदा निहाला हम सदा
हम पुंचे सदा निहाला, हम पुंचे सदा निहाला, तो कृपा दे सुख पाया, तो कृपा दे सुख पाया, तो सुख पाया था सब लाड लड़ावे, हम खेले सब लाड लड़ावे, तुम सतगुणी गहीरा, तुम सतगुणी गहीरा, तुम पूरन पूर रहे संपूरन, पूरन पूर रहे संपूरन, हम भी संग अघाए, मिलत 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 मिल रहे आ, मिलत मिलत मिल रहे आ, नानक कहण न जाए, नानक कहण न जाए, नानक कहण न जाए, नानक कहण न जाए, ओ नानक कहण न जाए, सुख पाया, तो कृपा ते सुख पाया, तो कृपा ते सुख पाया, एक 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 तू ही, एक 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 तू ही, एक एक तू राया, एक एक तू राया, सुख पाया, तो कृपा ते 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 सुख पाया, तो ए बोल साडे हिरदे तो निकलन जी, हिरदे करमा वालियो, जबान तो आपां बेशक कह देने कई बारी कि जी ए गुरु दा दित्ता है, पर हिरदे विच ए चीज रहिंदी है कि ए मेरी मेहनत दा नतीजा है। आखो सतनाम, मेरी मेहनत दा नतीजा। बेशक दो चार पांच अध्यात्मक बंदे बैठे हो ना, धार्मिक बंदे,
ਤੇ ਉਹਨਾਂ ਨੂੰ ਦਿਖਾਉਣ ਮਾਤਰ, ਉਹਨਾਂ ਨੂੰ ਸੁਣਾਉਣ ਮਾਤਰ ਬੰਦਾ ਕਹਿੰਦਾ ਜੀ ਇਹ ਤਾਂ ਗੁਰੂ ਦੀ ਦਾਤ ਹੈ, ਪਰ ਅੰਦਰ ਕਿਤੇ ਨਾ ਕਿਤੇ ਇਹ ਰਹਿੰਦੀ ਹੈ ਇਹ ਸਾਡੀ ਮਿਹਨਤ ਦੀ ਦਾਤ ਹੈ। ਆਖੋ ਸਤਨਾਮ ਤੋ ਕਿਰਪਾ ਤੇ ਸੁੱਖ ਪਾਏ। ਕਈਆਂ ਦੇ ਜ਼ਬਾਨ ਤੋਂ ਇਹ ਗੱਲ ਸੁਣੀ ਹੈ, ਇੰਨੀ ਮਿਹਨਤ ਕਰਕੇ ਇਹ ਬਣਾਇਆ, ਇੰਨੀ ਸਿਆਣਪ ਦੇ ਨਾਲ ਇਹ ਬਣਾਇਆ, ਹੱਡ ਭੰਨ ਕੇ ਬਣਾਇਆ ਇਹ ਮਹਿਲ ਮਾੜੀਆਂ ਗੱਡੀਆਂ ਫੈਕਟਰੀਆਂ। ਬਖਸ਼ ਲੈਣਾ ਮੈਨੂੰ ਸਾਧ ਸੰਗਤ, ਜੇ ਮਿਹਨਤ ਦੀ ਗੱਲ ਕਰਦੇ ਹੋ ਤੇ ਸਾਡੇ ਤੋਂ ਜ਼ਿਆਦਾ ਮਿਹਨਤ ਇੱਕ ਮਜ਼ਦੂਰ ਕਰਦਾ ਹੈ। ਆਖੋ ਸਤਨਾਮ। ਇੱਕ ਜੇ ਮਿਹਨਤ ਵੱਲੋਂ ਆ ਰਹੇ ਹੋ ਤਾਂ ਕਦੇ ਮਜ਼ਦੂਰ ਬੀਬੀ ਨੂੰ ਵੇਖਿਓ। ਮੈਂ ਤਾਂ ਬੜੀਆਂ ਐਸੀਆਂ ਬੀਬੀਆਂ ਨੂੰ ਵੇਖਿਆ ਸਾਧ ਸੰਗਤ ਮਜ਼ਦੂਰ ਬੀਬੀਆਂ, ਕਿ ਬੱਚਾ ਪਿੱਛੇ ਟੰਗਿਆ ਹੋਇਆ ਇੱਦਾਂ ਝੋਲੀ ਪਿੱਛੇ, ਤੇ ਅੱਠ ਅੱਠ ਦਸ ਦਸ ਇੱਟਾਂ ਉੱਪਰ ਦੀਆਂ ਫੜ ਕੇ ਨਾ ਸਿਰ 'ਤੇ, ਅਤੇ ਪੌੜੀਆਂ ਦੋ ਦੋ ਤਿੰਨ ਤਿੰਨ ਫਲੋਰ ਚੜ ਰਹੀਆਂ। ਆਖੋ ਸਤਨਾਮ। ਉਹਦੀ ਮਿਹਨਤ ਜ਼ਿਆਦਾ ਕਿ ਸਾਡੀ ਮਿਹਨਤ ਜ਼ਿਆਦਾ? ਏਸੀ ਕਮਰੇ 'ਚੋਂ ਬਾਹਰ ਨਿਕਲੇ, ਏਸੀ ਗੱਡੀ 'ਚ ਬਹਿ ਗਏ, ਏਸੀ ਦਫ਼ਤਰਾਂ 'ਚ ਚਲੇ ਗਏ, ਜਾਂ ਆਪਣੇ ਖੱਟੀ 'ਚ ਜਾ ਕੇ ਬਹਿ ਗਏ, ਉੱਥੇ ਵੀ ਏਸੀ ਲੱਗੇ, ਅਤੇ ਸਾਰਾ ਦਿਨ ਕੰਮ ਕਰਕੇ ਜਦੋਂ ਘਰ ਆਏ ਜੀ ਬੜੇ ਥੱਕ ਗਏ ਹਾਂ, ਬੜੀ ਮਿਹਨਤ ਕਰਕੇ ਆਏ ਹਾਂ ਜੀ, ਬੜੀ ਮਿਹਨਤ ਕਰਕੇ ਆਏ। ਏਸੀ ਕਮਰੇ ਤੋਂ ਨਿਕਲ ਕੇ ਏਸੀ ਗੱਡੀ 'ਚ ਬੈਠ ਕੇ ਏਸੀ ਦਫ਼ਤਰ 'ਚ ਬਹਿ ਜਾਣਾ, ਫਿਰ ਜਾ ਕੇ ਏਸੀ ਹੱਟੀ 'ਤੇ ਬਹਿ ਜਾਣਾ, ਅਤੇ ਰਾਤੀ ਕਹਿਣਾ ਜੀ ਬੜੀ ਮਿਹਨਤ ਕੀ। ਮਿਹਨਤ ਤਾਂ ਉਹ ਰਿਕਸ਼ੇ ਵਾਲਾ ਕਰਦਾ ਪਿਆ ਜਿਹੜਾ 45 ਡਿਗਰੀ ਸੈਲਸੀਅਸ ਦੇ ਵਿੱਚ ਵੀ ਹੈ, ਕਿਧਰੇ 50 ਡਿਗਰੀ, ਕਿਧਰੇ 45, ਕਿਧਰੇ 46, ਕਿਧਰੇ 47, ਅਤੇ ਧੂੰਏ ਨਿਕਲੇ ਹੁੰਦੇ ਬੰਦੇ ਦੇ ਏਸੀ ਦੇ ਵਿੱਚ ਵੀ, ਏਸੀ ਦੇ ਵਿੱਚ ਬੰਦਾ ਕਹਿੰਦਾ ਪਸੀਨਾ ਨਹੀਂ ਰੁਕਦਾ, ਅਤੇ ਉਸ ਵੇਲੇ ਇੱਕ ਰਿਕਸ਼ੇ ਵਾਲੇ ਦੀ ਹਾਲਤ ਵੇਖਿਆ ਕਰੋ। ਆਖੋ ਸਤਨਾਮ। ਜੇ ਗੱਲ ਮਿਹਨਤ ਦੀ ਚੱਲ ਰਹੀ ਹੈ ਤਾਂ ਸਾਡੇ ਨਾਲੋਂ ਮਿਹਨਤ ਤਾਂ ਬਹੁਤ ਜ਼ਿਆਦਾ ਇੱਕ ਰਿਕਸ਼ੇ ਵਾਲਾ ਕਰ ਰਿਹਾ, ਇੱਕ ਮਜ਼ਦੂਰ ਕਰ ਰਿਹਾ। ਅਸੀਂ ਕਹਿੰਦੇ ਜੀ ਸਾਡੀ ਮਿਹਨਤ ਦਾ ਨਤੀਜਾ ਹੈ ਇਹ ਕੋਠੀਆਂ, ਇਹ ਪਲਾਟ ਅਤੇ ਇਹ ਗੱਡੀਆਂ। ਨਹੀਂ, ਹੱਥ ਇੱਧਰ ਛਾਤੀ 'ਤੇ ਨਾ ਮਾਰਿਆ ਕਰੋ, ਹੱਥ ਉੱਪਰ ਵੱਲ ਕਰਕੇ ਕਿਹਾ ਕਰੋ ਇਹ ਮੇਰੀ ਮਿਹਨਤ ਦਾ ਨਤੀਜਾ ਨਹੀਂ, ਇਹ ਉਹਦੀ ਰਹਿਮਤ ਦਾ ਨਤੀਜਾ ਹੈ। ਆਖੋ ਸਤਨਾਮ। ਮਿਹਨਤ ਨਹੀਂ, ਮੇਰੀ ਮਿਹਨਤ ਦੇ ਵਿੱਚ ਉਹਨੇ ਆਪਣੀ ਰਹਿਮਤ ਪਾਈ ਤੇ ਅੱਜ ਇਹ ਸੁੱਖ ਮੇਰੇ ਕੋਲ ਨੇ। ਇਹ ਗੱਲ ਸੱਚੀ ਹੈ। ਆਲਸੀਆਂ ਦਾ ਤਾਂ ਗੁਰੂ ਵੀ ਕੋਈ ਨਹੀਂ, ਆਲਸੀਆਂ ਦਾ ਰੱਬ ਵੀ ਕੋਈ ਨਹੀਂ। ਇੱਕ ਗੱਲ ਧਿਆਨ ਰੱਖਿਓ, ਮਿਹਨਤ ਤਾਂ ਕਰਨੀ ਪਏਗੀ, ਉੱਤਮ ਤਾਂ ਕਰਨਾ ਪਏਗਾ। ਕਰਮਾਂ ਵਾਲਿਓ, ਇਹ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਉੱਦਮ ਕਰਨ ਲੱਗਾ, ਮੇਰੇ ਉੱਦਮ ਨੂੰ ਭਾਗ ਤੁਸੀਂ ਲਾਇਓ, ਕਿਉਂਕਿ ਬਿਨਾਂ ਉੱਦਮ ਕੀਤਿਆਂ ਤਾਂ ਸਾਧ ਸੰਗਤ ਗੱਲ ਨਹੀਂ ਬਣਨੀ, ਗੱਲ ਨਹੀਂ ਬਣੇਗੀ। ਜੇ ਬੰਦਾ ਕਵੇ ਨਹੀਂ ਜੀ ਮੈਂ ਬਹਿ ਗਿਆ ਹੁਣ ਉਹਦੀ ਕਿਰਪਾ ਹੋਏਗੀ, ਉਹਦੀ ਤੇਰੇ ਉੱਦਮ ਦੇ ਵਿੱਚ ਉਹਨੇ ਕਿਰਪਾ ਪਾਣੀ ਹੈ, ਤੇਰੀ ਮਿਹਨਤ ਦੇ ਵਿੱਚ ਬੰਦੇ ਆ ਉਹਨੇ ਕਿਰਪਾ ਪਾਣੀ ਹੈ। ਤੇ ਜੇ ਆਲਸੀ ਬੰਦਾ ਕਵੇ ਨਹੀਂ ਜੀ ਉਹਦੀ ਕਿਰਪਾ ਹੋਏਗੀ ਤੇ ਉਹਦੀ ਕਿਰਪਾ ਹੋਏਗੀ ਤੇ ਮੈਨੂੰ ਰੋਟੀ ਮਿਲੇਗੀ, ਉਹਦੀ ਕਿਰਪਾ ਹੋਏਗੀ ਤੇ ਮੈਨੂੰ ਇੱਦਾਂ ਮਿਲੇਗਾ, ਇੱਦਾਂ ਸੁੱਖ ਮਿਲਣਗੇ ਨਾ। ਤੇ ਦੂਸਰੇ ਬੰਨੇ ਜੇ ਇਹ ਬੰਦਾ ਕਵੇ ਕਿ ਮੈਂ ਹੀ ਉੱਦਮ ਕਰਦਾ ਰਿਹਾ, ਇਹ ਨਤੀਜੇ ਮੇਰੀ ਮਿਹਨਤ ਕਰਕੇ ਨੇ, ਮੇਰੀ ਹਿੰਮਤ ਕਰਕੇ ਨੇ, ਮੇਰੀ ਸਿਆਣਪ ਕਰਕੇ ਨੇ, ਤੇ ਸਾਹਿਬ ਕਹਿੰਦੇ ਇਹ ਵੀ ਗਲਤ ਹੈ। ਆਖੋ ਸਤਨਾਮ। ਇਹ ਵੀ ਗਲਤ ਹੈ, ਕਿਉਂਕਿ ਇਹ ਨਤੀਜੇ, ਇਹ ਸੁੱਖ, ਇਹ ਪਦਾਰਥ ਸਤਿਗੁਰ ਕਹਿੰਦੇ ਤੇਰੀ ਮਿਹਨਤ ਕਰਕੇ ਨਹੀਂ, ਉਹਦੀ ਰਹਿਮਤ ਕਰਕੇ ਹੈ, ਉਹਦੀ ਰਹਿਮਤ ਕਰਕੇ। ਕਰਮਾਂ ਵਾਲਿਓ, ਇਹ ਸਤਿਗੁਰਾਂ ਦੇ ਚਰਨਾਂ 'ਚ ਜੋਦਣੀਆਂ ਕਰੀਏ ਕਿ ਸਾਨੂੰ ਸ਼ੁਕਰਾਨਾ ਕਰਨਾ ਆ ਜਾਏ, ਸ਼ੁਕਰਾਨਾ ਕਰਨਾ ਆ ਜਾਏ। ਅੱਜ ਇਹ ਵਿਸ਼ੇ ਦੇ ਰਾਹੀਂ ਮੇਰੇ ਗੁਰਦੇਵ ਸਾਨੂੰ ਇੱਕ ਪੌੜੀ ਹੋਰ ਉੱਪਰ ਚੜ੍ਹਾ ਰਹੇ ਨੇ, ਇੱਕ ਪੌੜੀ। ਜਿਹਦੇ ਕੋਲ ਸਾਧ ਸੰਗਤ ਸ਼ੁਕਰਾਨਾ ਹੈ ਨਾ, ਜਿਹਦੇ ਕੋਲ ਸ਼ੁਕਰਾਨਾ, ਉਹ ਸਾਰੀਆਂ ਦਾਤਾਂ ਗੁਰੂ ਕੋਲ ਲੈ ਜਾਂਦਾ ਜੀ, ਸਾਰੀ।
अगर कर्मा च नहीं गुरु रीझ पे ते कर्मा च लिख के भी दे देंगे आखो सतनाम। एक बार रीझ पैण मेरे साथ रीझ पैण ये सच्चाई है सतसंग जी। साढ़े तो शिकवे ही नहीं मुकदे, साढ़े तो शिकवे ही नहीं मुकदे। घट मिल गया तां शिकवा, थोड़ा जा चला गया तां शिकवा, किसी दूसरे नू ज्यादा मिल गया तां शिकवा, भरा चढ़दी कला च चला गया तां शिकवा, साढ़े तो वध कोई सियाणा नजर आ गया तां शिकवा कि मैनू ये चीज नहीं दिती। हर कदम ते साढ़े कोल शिकवे ने ते कित्थों बख्शिश हो जावे जी, कित्थों बख्शिश हो जाए। सानू शुकराना करना सीखना पेगा, शुकराना करना सीखना पेगा। एक थां ते गुरदेव कहिंदे साडी हालत देखो किहो जी हो, कहिंदे दस वस्तु ले पाछे पाछे पा, कहिंदे एक वस्त कारण बिखोट गवावे। आ साडी दशा है, यह साडी मानसिकता है। दस वस्तुआं सानू मिलियां, दस पदार्थ सानू मिले, बेअंत दातां दे नाल सानू सतगुरां ने निवाजिया, पर एक दात नहीं दिती जड़ी मंगदी पे आ, एक दात जड़ी मंग रहे हैं वो नहीं दिती। लो जी रब ने सानू दिता की है, रब ने साडे नाल दिता की है, सानू दिता रब दी तां साडे नाल लगदा नाराजगी है, रब तां साडे नाल औखा होया पिया। इतना शिकवे देई जांदे शिकवे, एडी सोहनी काया दिती एडी। मैं कहना खाली एक काया वाली वेख ली है ना, शरीर वाली वेख ली है सात संगत, शुकराने रुकन गई नहीं, रुकन गई नहीं। दूजिया तीजा चीज तो बाद च, खाली एक शरीर नू वेख। अन्या दे कोल अखा नहीं, अखा हैगी हैं, अखा दे ज्योति नहीं दिती आखो सतनाम। बहरिया दे कोल की कन नहीं, कन तो लाए ने शरीर दे विच कन लगे ने, पर सुन की स्रोत नहीं। कदे झाती मारो, झाती मारो, देखो दस कई बारी अर्ज करता संगत दे चरणा दे विच, संगत दे राही मैं अपने आप नू भी संबोधन करदा, अपने आप नू भी यह ज्ञान दिना। अगर शुकराने च जुड़ना चाहते हो तो कदे ये बह के एक लिस्ट बनायो जी, लिस्ट। चलो अज रात ही बैठना और उस लिस्ट दे विच सब तो पहली लिस्ट बनायो कि मैनू की नहीं दिता, की नहीं दिता। हुण हो सकता किसी नू पुत्तर ना दिता हो, किसी नू मकान ना दिता हो, किसी नू गड्डी ना दिती हो, किसी नू कुछ ना दिता हो। लिखो लिखो, मैं यकीनन कहना सात संगत, यकीनन कहना दस आइटमां तो उपर तुसी नहीं लिख सकोगे आखो सतनाम। कदे करके वेखो, और हुण दूसरे पासे एक लिस्ट बनायो कि मैनू केड़ी केड़ी शह दित्ती है। सब तो पहले अपनी बॉडी तो शुरू करियो कि मैनू एक तंदुरुस्त दिमाग दिता है आखो सतनाम। मंद बुद्धि नहीं बनाया, क्योंकि जेडे मंद बुद्धि होंदे ने सत संगत उन्हां दी दशा तुसी वेखदे, ना आप खा सकदे ने, ना तुर सकदे ने, ना सात संगत कोई हाथ तो बहुते काम कर सकते ने, ना पैर, क्योंकि सारा जो कुछ सिस्टम चलता वह बुद्धि तो तुरदा, ये ब्रेन तो तुरदा। जे ब्रेन ही सात संगत साडा कमजोर हो जाता तो करते की असं, पहले उपरों शुरू होना है। फिर लिखो, मैनू अखा दित्तिया, अखा च जोत दित्ती जोत, मैनू कन दिते, कन्ना च सुनन दी जोत दित्ती, मैनू जबान दिती, जबान च बोलन की ताकत दिती। एक एक चीज लिखो, ये हथ नवे नरोवे दिते जिदे नाल मैं कम कर सकदा, पैर तंदुरुस्त दिते जिहड़े मैं चल के जिथे मर्जी जा सकदा। कई बारी मैं वेखदा जदों बच्चा जमदा, कई बारी कई बच्चों नूं मैं देखिया कईआं दी बाहां ऐ टेढ़ियां होंदियां, बाई बर्थ, कईआं दा बाई बर्थ ही सत संगत जी कन्ना दी स्रोत होंदी नहीं, सुन ही नहीं सकते। कईआं दी बाई बर्थ जबान ही नहीं होंदी, जबान होंदी उहदे च बोलण दी ताकत नहीं,
गूंगा बच्चा पैदा होंदा, ध्यान देना। कईयां दा ब्रेन दे विच सैल डेड हो जांदे ने, ओ उदां ही सत्संग अपाइज ही पैदा होंदे ने। साहिब कहिंदे ने ओ वेख, खाली अपनी शरीर अपनी काया नूं वेखेगा शुकराने तां ही मुकणगे। फिर जदों इस काया तो बाहर निकलेगा, एक एक चीज लिखो लिखो, मैनू आ दिता आ दिता आ दिता आ, लिखदिया हाफ जाओगे सत्संग जी शुकराने नहीं मुकण गया को सतना। पर साड़ी मानसिकता की है जी, साड़ी मानसिकता की, सानू दित्तियां दातां नजर नहीं आन गियां, सानू ओ नजर आएगा जो सानू नहीं मिलिया को सतना। ताई गुरु अर्जन साहब महाराज ने सानू एक प्यार भरी चपेड़ मार के समझाया, मैं लफ्ज वरत्या चपेड़ मार के समझाया, कितने सतगुरां ने बड़े प्यार नाल समझाया जी, क्योंकि सतगुर माता ने सतगुर पिता ने तुम मात पिता हम पर, गुरदेव माता गुरदेव पिता गुरदेव स्वामी ते मां कदे प्यार नाल भी समझांदी, कदे झिड़क के भी समझांदी, कदे चंड मार के भी समझांदी आखो सतना। इत्थे सीधा चंड मार के समझाई है सतगुरां ने सानू एक गल, कहिंदे दस वस्तु ले पाछे पावे, दस इनिया चीजा लेके सारा कुछ तू पिछे कर दिता, ये सारिया दातां तू पिछे कर दी, एक वस्त किदे वास्ते, वो जिहड़ी एक चीज तू मंगदा पिया वो एक वस्तु दे पिछे तू सारिया चीजा पिछे कर दी, उस रब की कीति उस सतगुरु जी की कीति सारी तू मिट्टी पा दी। कहिंदे दस वस्तु ले पाछे पावे, एक वस्त कारण खोट लवावे, पातशाह कहते चल दस, एक भी ना दे दस भी तो मूड़ा को कहा करे, इतने मूड़ा शब्द वरत्या दस ओ मूर्खा, ऐदा गल की गुरु अर्जन देव महाराज कहते दस मूर्खा की कर सकता है तू, जे एक भी ना दे ते तेरे को दस ले लवे, तेरा जवान पुत्र ले लवे, दस की कर लेगा, मार वट्टे जेड़े मारने नहीं, घाटे पा के तेरा व्यापार वापस ले लवे, की कर लेगा तू, तेरे को ऐसे काम करवा के तेरी इज्जत वापस ले लवे, तेनू बेइज्जत करा दे थां थां ते, की कर लेगा तू, जिस इज्जत दे डंके पे मारदा है मेरी इन्नी गुडविल मेरी इन्नी गुडविल, बंदे कोलों ऐसा काम गुरु करवा देन रब ऐसा काम करवा देन कि मूह दिखाण जोगा नहीं रहिंदा बंदा खो सतना। ते दूसरा बंदा उन्हूं कहिंदा ए की कीते, कहिंदा यार समझ ही नहीं लगी ए मेरे को काम किवें हो गया खो सतना, समझ ही नहीं लगी। जे तेनू समझ नहीं लग रही एदा मतलब, एदा मतलब करवाया गया को सतना, नहीं पाउंदी सी तेरी ओ होमे वाली जड़ी, मैं तेरी गुडविल मेरा इन्ना माण नहीं, सतगुरु नू पांदा सी ले ली वापस, की कर लांगे, कुछ कर सकते हैं, कुछ नहीं कर सकते। पातशाह कहिंदे नहीं कर सकदे, कर सकदे एक काम करी, कहिंदे जिस ठाकुर सो ना ही चारा ताको की जय नमस्कार, सब नमस्कार भाई, सदा नमस्कार। नमस्कार का मतलब शीस चुकया रवे शुकराने च, कि गरीब निवाज शुक्र है, नहीं पुत्र दिता ना सही बड़िया दाता नाल निवाजिए, नहीं अपना मकान दिता नहीं ना सही, किराए ते भी रह रहे हैं तो बड़े राजे महाराजे की तरह रह रहे हैं, गरीब निवाज नहीं गड्डियां दित्तियां ना सही, स्कूटर विच भी बड़ा रंग माणदे पे आ गरीब निवाज, कईयां कोल तां स्कूटर भी नहीं है जी, ते जे साइकल है स्कूटर नहीं, गरीब निवाज बड़ी कृपा कीती आ साइकल चला के जाता रहा, कईयां कोल ए जेड़े मैं साइकल चला के मैं जा रहा पैडल मार रहा पैर दे नाल, कईयां कोल तां पैर भी नहीं आ खो सतना, ओह किवें साइकल चला लैणगे दसो। करमा वाले हो हर पक्ष से शुकराना करिए, हर पक्ष से शुकराना, उदी दित्ती दात का शुकराना, हर वेले सीस चुकिया रवे और शुकर शुकर करिए, थोड़ा जा साडे तो वद किसी नू मिल जावे। दो भरा अलग होए, एक भरा चढ़दी कला च जा रहा दूजे नू अग लग जाए, दो पार्टनर कट्ठे सन अलग होए, एक पार्टनर दी फर्म उची जा रही दूसरे नू अग लग जाती, शिकवे
मैं भी इन्नी मेहनत कर रहा इन्नी तरक्की ते जा रहा सड़ा साड़ा ये चीजा आ जा क्यों बी ओनू जो मिलिया ओद कर्म ने तेनों जो मिलता पाया वो शुकराने कर वो शुकराने शुकराने नहीं निकलते साढ़े को हर कदम से शिकवे निकलते अपनी मनोदशा बदलीए निकी निकी गल ते सत्संग शुकराना करिए निकी निकी गल ते जदों शुकराने करते जावांगे गुरु नानक अपने दरों करों बख्शीशां ते दातां साडी झोली च पाई जाणगे आखो सतनाम सत श्री अकाल तौ कृपा ते सुख पाया 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 एक तू ही एक एक तू ही एक एक दूराया एक एक दूराया तौ कृपा ते सुख पाया तौ कृपा ते सुख पाया तौ कृपा ते सुख पाया जगत तारदे तारदे एक नगर च पहुंचे जी नगर दे बार बार बैठे ने ते भाई मरदाना जी नूं कहा किन्ने मरदाने वो सामने झोंपड़ा नजर आंदा कच्ची जी कुली सी बांसां ते खड़ी हुई चार बांसां ते खड़ी जी महाराज जा उस शरीर नूं बुला के लिया जेड़ा उदे च रहिंदा है बुला के लिया बोल असी याद करदे हां जी पातशाह सतपुछ तुर पे जी मरदाना जी कच्ची जी कुली सी चार मानसां ते खड़ी सी छोटी जी कुली सी ते जदों बूआ खड़काया बुआ खोलिया सिख ने मरदाना जी नूं कहण लगा सिख दसो
ਕਹਿੰਦੇ ਜੀ ਮੇਰੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਨੇ ਆਪ ਜੀ ਨੂੰ ਯਾਦ ਕੀਤਾ, ਮੇਰੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਨੇ ਆਪ ਜੀ ਨੂੰ ਯਾਦ ਕੀਤਾ। ਜਦੋਂ ਇੰਨੀ ਗੱਲ ਸੁਣੀ ਗੁਰੂ ਨਾਨਕ ਸਾਹਿਬ ਕਹਿੰਦੇ ਬਾਬਾ ਨਾਨਕ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬੜੀਆਂ ਛੋਹਾਂ ਸਾਧ ਸੰਗਤ ਫੈਲ ਚੁੱਕੀਆਂ ਸਨ, ਪਾਤਸ਼ਾਹ ਹਲੇ ਕਿਤੇ ਪਹੁੰਚਦੇ ਨਹੀਂ ਤੇ ਉਹਨਾਂ ਦੀ ਛੋਹਾਂ ਪਹਿਲੇ ਪਹੁੰਚ ਜਾਂਦੀਆਂ ਸਨ। ਆਪ ਜੀ ਨੂੰ ਸ਼ਾਇਦ ਧਿਆਨ ਹੋਏ, ਦਾਸ ਨੇ ਪਿਛਲੇ ਸਮੇਂ ਦੇ ਵਿੱਚ ਪਾਤਸ਼ਾਹ ਨੇ ਸੇਵਾ ਲਈ ਸੀ, ਵਿਚਾਰ ਚੱਲੀ ਸੀ ਜੀ ਗੁਰੂ ਡਾਂਗ ਮਾਰ ਦੀ, ਤੇ ਪਹਿਲੇ ਮਹਾਰਾਜ ਚੁੰਗ ਥਾਂਗ ਆਏ, ਫਿਰ ਗੁਰੂ ਡਾਂਗ ਮਾਰ ਗਏ ਚੁੰਗ ਥਾਂਗ, ਜਿੱਥੇ ਰਾਕਸ਼ ਦਾ ਉਧਾਰ ਕੀਤਾ ਸੀ, ਔਰ ਪੱਥਰ 'ਤੇ ਜਦੋਂ ਆਪਣੇ ਸੋਹਣੇ ਕੋਮਲ ਚਰਨ ਰੱਖੇ ਤੇ ਉਹ ਕੋਮਲ ਚਰਨ ਸਾਧ ਸੰਗਤ ਉਹ ਨਿਸ਼ਾਨ ਛੱਪ ਗਏ ਸਨ। ਅੱਜ ਵੀ ਨਿਸ਼ਾਨ ਮੁਬਾਰਕ ਚਰਨਾਂ ਦੇ ਸਾਧ ਸੰਗਤ ਅੱਜ ਵੀ ਉਸ ਪੱਥਰ ਨੇ ਆਪਣੀ ਹਿੱਕ 'ਤੇ ਸੰਭਾਲ ਕੇ ਰੱਖੇ ਹੋਏ ਨੇ। ਅਤੇ ਜਦੋਂ ਮਹਾਰਾਜ ਇੱਥੋਂ ਚੱਲਣ ਲੱਗੇ ਨਾ ਉੱਪਰ ਗੁਰੂ ਡਾਂਗ ਮਾਰ, ਅਤੇ ਬੜੀ ਉੱਚਾਈ ਹੈ ਜੀ ਚੁੰਗ ਥਾਂਗ ਤੋਂ ਗੁਰੂ ਡਾਂਗ ਮਾਰ ਬਹੁਤ ਉੱਚਾਈ, ਗੁਰੂ ਡਾਂਗ ਮਾਰ ਬਹੁਤ ਉੱਚਾਈ। ਅਤੇ ਜਿਹੜੀ ਵਾਰਤਾ ਇੱਥੇ ਚੁੰਗ ਥਾਂਗ 'ਤੇ ਹੋਈ ਉਹ ਸਾਰੀਆਂ ਛੋਹਾਂ ਸਾਧ ਸੰਗਤ ਉੱਪਰ ਪਹੁੰਚ ਗਈਆਂ, ਹਾਲੇ ਗੁਰੂ ਨਾਨਕ ਨਹੀਂ ਪਹੁੰਚੇ ਨੇ ਪਰ ਛੋਹਾਂ ਪਹੁੰਚ ਗਈਆਂ। ਅਤੇ ਜਿਹੜੇ ਇਆਲੀ ਉਡੀਕਦੇ ਪਏ ਸਨ ਨਾਨਕ ਲਾਮਾ, ਕਿਉਂਕਿ ਉੱਥੇ ਉੱਥੇ ਬਾਬਾ ਨਾਨਕ ਨੂੰ ਇੱਕ ਨਵਾਂ ਨਾਮ ਮਿਲਿਆ ਸੀ ਨਾਨਕ ਲਾਮਾ, ਲਾਮਾ ਕਹਿੰਦੇ ਨੇ ਵੱਡੇ ਨੂੰ, ਜਿਹੜੇ ਮੋਦੀ ਨੇ ਨਾ ਉਹ ਲਾਮਾ ਵੱਡੇ ਨੂੰ ਕਹਿੰਦੇ ਨੇ ਵੱਡੇ। ਹੁਣ ਵੱਡਾ ਤੁਸੀਂ ਭਾਵੇਂ ਰੱਬ ਕਹਿ ਲਓ ਭਾਵੇਂ ਜਿੱਦਾਂ ਮਰਜ਼ੀ, ਨਾਨਕ ਲਾਮਾ ਇੱਧਰ ਵੀ ਸਾਨੂੰ ਦਰਸ਼ਨ ਦਿਓ, ਗੁਰੂ ਡਾਂਗ ਮਾਰ ਤੋਂ ਪੁਕਾਰਾਂ ਆ ਰਹੀਆਂ ਸਨ, ਹਾਲੇ ਬਾਬਾ ਨਾਨਕ ਪਹੁੰਚੇ ਨਹੀਂ ਨੇ ਛੋਹਾਂ ਪਹੁੰਚ ਗਈਆਂ। ਇੱਦਾਂ ਹੀ ਕਈ ਇਲਾਕੇ ਐਸੇ ਸਨ ਜਿੱਥੇ ਛੋਹਾਂ ਪਹੁੰਚ ਗਈਆਂ ਸਨ ਬਾਬੇ ਨਾਨਕ ਦੀ। ਉਹ ਸਿੱਖ ਕਹਿਣ ਲੱਗਾ ਕਹਿੰਦੇ ਬਾਬਾ ਨਾਨਕ ਆਏ, ਕਹਿੰਦੇ ਹਾਂ ਬਾਬਾ ਨਾਨਕ ਆਏ, ਆਪ ਜੀ ਨੂੰ ਸਾਦਰੇ, ਮੈਨੂੰ ਮੇਰੇ ਧੰਨ ਪਾ ਮੇਰੇ ਧੰਨ ਪਾ। ਘਰ ਵਾਲੀ ਨੂੰ ਆਵਾਜ਼ ਮਾਰੀ ਭਗਵਾਨੇ ਜਲਦੀ ਆ, ਬੱਚਿਆਂ ਨੂੰ ਆਵਾਜ਼ ਮਾਰੀ ਬੱਚਿਓ ਜਲਦੀ ਆਓ, ਬਾਬਾ ਨਾਨਕ ਆਏ ਨੇ, ਜਗਤ ਦੇ ਤਾਰਕ ਆਏ ਨੇ, ਤਾਰਨ ਹਾਰ ਆਏ ਨੇ, ਗੁਰਤਾਰ ਤਾਰਨ ਹਾਰੇ, ਦੌੜੇ ਸਾਧ ਸੰਗਤ ਸੱਚੇ ਪਾਤਸ਼ਾਹ ਵੱਲ। ਜਦੋਂ ਪਹੁੰਚੇ ਤੇ ਸਾਧ ਸੰਗਤ ਚਰਨਾਂ ਤੇ ਮੱਥਾ ਰੱਖ ਦਿੱਤਾ ਉਸ ਸਿੱਖ ਨੇ, ਗਰੀਬ ਨਿਵਾਜ ਬੜੀ ਕਿਰਪਾ ਕੀਤੀ, ਬੜੀ ਬਖਸ਼ਿਸ਼ ਕੀਤੀ, ਦਰਸ਼ਨ ਦਿੱਤੇ। ਗਰੀਬ ਨਿਵਾਜ ਸੰਧਿਆ ਸਮਾਂ ਹੈ, ਰਾਤਰੀ ਜੋ ਆਪ ਜੀ ਨੇ ਆ ਛੋਟੀ ਜੀ ਝੁੱਗੀ ਬਖਸ਼ਿਸ਼ ਕੀਤੀ ਹੈ, ਕੁੱਲੀ ਬਖਸ਼ਿਸ਼ ਕੀਤੀ, ਮਹਾਰਾਜ ਗਰੀਬ ਦੀ ਬੇਨਤੀ ਹੈ ਉਸ ਕੁੱਲੀ 'ਚ ਰਾਤ ਬਤੀਤ ਕਰੋ, ਕਿਰਪਾ ਕਰੋ ਮਹਾਰਾਜ, ਸੰਧਿਆ ਵੇਲਾ ਹੋ ਚੁੱਕਾ ਰਾਤਰੀ ਉੱਥੇ ਬਖਸ਼ਿਸ਼ ਕਰੋ। ਮਹਾਰਾਜ ਮੁਸਕੁਰਾ ਪਏ, ਕਹਿਣ ਲੱਗੇ ਪਿਆਰਿਆ ਰਾਤ ਤੇਰੀ ਝੁੱਗੀ ਵਿੱਚ ਰਹਿਣ ਵਾਸਤੇ ਹੀ ਆਏ ਹਾਂ, ਕੋ ਸਤਨਾਮ, ਝੁੱਗੀ 'ਚ ਰਹਿਣ ਵਾਸਤੇ ਜੀ, ਮੇਰੇ ਵੱਡੇ ਪਾ ਪਿਤਾ ਜੀ ਚਰਨ ਪਾ ਕਰੋ ਕਿਰਪਾ। ਲੈ ਗਿਆ ਜੀ ਉਹ ਸਿੱਖ। ਹੁਣ ਜਦੋਂ ਕੁੱਲੀ ਦੇ ਵਿੱਚ ਗਏ, ਜੋ ਤਿਲ ਫੁੱਲ ਬਣਿਆ ਸੀ ਛਕਾਇਆ, ਸੇਵਾ ਕੀਤੀ ਗਰੀਬ ਨਿਵਾਜ, ਜੋ ਆਪ ਜੀ ਨੇ ਦਿੱਤਾ ਹੈ ਤੁਹਾਡੇ ਦਿੱਤੇ ਵਿੱਚੋਂ ਗਰੀਬ ਨਿਵਾਜ ਇਹ ਕੁਝ ਭੇਟਾ, ਆਪ ਜੀ ਪ੍ਰਵਾਨ ਕਰੋ, ਬੜੀਆਂ ਮਿਹਰਾਂ ਤੁਸੀਂ ਕੀਤੀਆਂ, ਬੜੀਆਂ ਰਹਿਮਤਾਂ ਵਿੱਚ ਆਪ ਜੀ ਨੇ ਸਾਨੂੰ ਰੱਖਿਆ। ਦੇਖੋ ਕੱਚੀ ਜੀ ਕੁੱਲੀ ਹੈ, ਕਾਨਿਆਂ ਦੀ ਛੱਤ ਪਈ ਹੋਈ ਹੈ, ਰੁੱਖਾਂ ਮਿੱਸਾ ਖਾਣ ਨੂੰ ਮਿਲਦਾ ਹੈ, ਅਤੇ ਗੁਰੂ ਨਾਨਕ ਸਾਹਿਬ ਸਾਹਮਣੇ ਬੈਠੇ ਨੇ ਲੋਕ ਪ੍ਰਲੋਕ ਦੇ ਮਾਲਕ, ਉਹ ਜਿਨ੍ਹਾਂ ਦੇ ਹੱਥਾਂ 'ਚ ਤਿੰਨਾਂ ਭਵਨਾਂ ਦਾ ਰਿਜ਼ਕ ਹੈ, ਉਹਨਾਂ ਦੇ ਅੱਗੇ ਕੋਈ ਉਲਾਮਾ ਨਹੀਂ ਕੀਤਾ ਕਿ ਮੈਨੂੰ ਘੱਟ ਦਿੱਤਾ ਜੀ ਇਹ ਜੀ ਇੰਝ ਜੀ, ਸਗੋਂ ਇਹ ਚੀਜ਼ ਕਹਿ ਰਿਹਾ ਗਰੀਬ ਨਿਵਾਜ, ਬੜੀਆਂ ਮੌਜਾਂ 'ਚ ਆਪ ਜੀ ਨੇ ਰੱਖੀ, ਬੜੀ ਕਿਰਪਾ ਆਪ ਜੀ ਦੀ, ਬੜੀ ਦਇਆ ਹੈ ਆਪ ਜੀ ਦੀ ਗਰੀਬ ਦੇ ਉੱਪਰ। ਪਾਤਸ਼ਾਹ ਬੜੇ ਪ੍ਰਸੰਨ ਹੋਏ, ਕਿਉਂਕਿ ਜਿਹਦੇ ਕੋਲ ਸ਼ੁਕਰਾਨਾ ਹੈ ਨਾ ਗਰੀਬ ਨਿਵਾਜ ਬਹੁਤ ਪ੍ਰਸੰਨ ਹੁੰਦੇ। ਇੱਕ ਗੱਡੀ ਤੁਸੀਂ ਸਾਧ ਸੰਗਤ ਕਰਜ਼ੇ ਦੀ ਲੈ ਲਓ, ਲੋਨ 'ਚ ਲੈ ਲਓ, ਲੋਨ ਕਰਜ਼ਾ ਹੀ ਹੈ ਨਾ ਜੀ, ਹੁਣ ਲੋਨ 'ਤੇ ਗੱਡੀ ਲੈ ਲਓ ਅਤੇ ਕਰਜ਼ੇ ਦੀ ਕਿਸ਼ਤਾਂ ਪੂਰੇ ਟਾਈਮ ਸਿਰ ਭੁਗਤਾਈ ਚੱਲੋ, ਪੂਰੇ ਟਾਈਮ ਸਿਰ ਕਿਸ਼ਤਾਂ ਭੁਗਤਾਈ ਚੱਲੋ, 5-7 ਕਿਸ਼ਤਾਂ ਜਾਂਦੀਆਂ ਅਤੇ ਫੋਨ ਆ ਜਾਂਦੇ ਕੰਪਨੀ ਵਾਲਿਆਂ ਵੱਲੋਂ ਕਿ ਜੀ ਇੱਕ ਗੱਡੀ ਹੋਰ ਦੇਈਏ, ਜਿਹਦੀਆਂ ਕਿਸ਼ਤਾਂ ਸਹੀ ਜਾਂਦੀਆਂ ਨੇ ਫਿਰ ਅੱਗੋਂ ਦਾਤਾਂ ਵੀ ਭੱਜ ਭੱਜ ਕੇ ਵਾਪਸ ਆਉਂਦੀਆਂ ਨੇ, ਆਖੋ ਸਤਨਾਮ ਵਾਹਿਗੁਰੂ।
ਹੁਣ ਰਾਤਰੀ ਹੋਈ ਮੇਰੇ ਬਾਬਾ ਨਾਨਕ ਕਹਿਣ ਲੱਗੇ ਕਹਿੰਦੇ ਮਰਦਾਨਿਆ ਸਾਜ ਸੁਰ ਕਰ ਲੈ ਸਾਜ ਸੁਰ ਕਰ ਲੈ ਜੀ ਪਾਤਸ਼ਾਹ ਸਵਾਲ ਨਹੀਂ ਕਿਉਂ ਜੀ ਕਿੱਦਾਂ ਜੀ ਪਾਤਸ਼ਾਹ ਅੱਜ ਸਾਰੀ ਰਾਤ ਇਬਾਦਤ ਦੇ ਵਿੱਚ ਬਤੀਤ ਕਰਨੀ ਹੈ ਆਖੋ ਸਤਨਾਮ ਅੱਜ ਸਾਰੀ ਰਾਤ ਸਿਰਫ ਸਲਾਹ 'ਚ ਬਤੀਤ ਕਰਾਂਗੇ ਜੀ ਪਾਤਸ਼ਾਹ ਸਤ ਵਚਨ ਮਰਦਾਨਾ ਜੀ ਨੇ ਸਾਜ ਸੁਰ ਕੀਤਾ ਸਤ ਸੰਗਤ ਰੌਣਕਾਂ ਲੱਗ ਗਈ ਨਗਰ ਦੇ ਵਿੱਚ ਜਿਹਨੂੰ ਜਿਹਨੂੰ ਪਤਾ ਲੱਗ ਰਿਹਾ ਬਾਬਾ ਨਾਨਕ ਆਏ ਨੇ ਔਰ ਉਸ ਗਰੀਬ ਦੀ ਝੁੱਗੀ ਦੇ ਵਿੱਚ ਆਏ ਨੇ ਕੁੱਲੀ 'ਚ ਲਓ ਜੀ ਰੌਣਕਾਂ ਲੱਗ ਗਈਆਂ ਸਤਸੰਗ ਇਕੱਠਾ ਹੋ ਗਿਆ ਸਤਸੰਗ ਦੇ ਮੰਡਲ ਬਣ ਗਏ ਬਾਬਾ ਨਾਨਕ ਨੇ ਕੀਰਤਨ ਸ਼ੁਰੂ ਕੀਤਾ ਮੈਂ ਕਹਿੰਦਾ ਕੈਸਾ ਸਮਾਂ ਹੋਏਗਾ ਆਖੋ ਸਤਨਾਮ ਭਾਈ ਕੈਸਾ ਸਮਾਂ ਹੋਏਗਾ ਜਿਸ ਸਮੇਂ ਦੇ 'ਚ ਬਾਬਾ ਨਾਨਕ ਕੀਰਤਨ ਕਰਨਾ ਆਖੋ ਸਤਨਾਮ ਸਮਾਂ ਥੰਮ ਜਾਂਦਾ ਹੋਏਗਾ ਕਰਮਾਂ ਵਾਲਿਓ ਸਾਰੀ ਰਾਤ ਇਬਾਦਤ ਸਾਰੀ ਇਹ ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਹਿੰਦੇ ਕਰਮਾਂ ਵਾਲਿਓ ਇੱਕ ਰਾਤ ਜ਼ਰੂਰ ਗੁਰੂ ਨਾਨਕ ਨੂੰ ਦਿਆ ਕਰੋ ਇੱਕ ਰਾਤ ਮਹੀਨੇ ਦੀ ਤਾਂ ਹੀ ਤਾਂ ਬਾਬਾ ਆਨੰਦ ਸਿੰਘ ਜੀ ਨੇ ਇੱਕ ਰਾਤ ਚੁਣੀ ਸੀ ਸੰਗਤ ਵਾਸਤੇ ਰਹਿਣ ਸਬਾਈ ਦੀ ਪੁੰਨਿਆਂ ਦੀ ਆਖੋ ਸਤਨਾਮ ਅਤੇ ਸਾਰੇ ਕਹਿੰਦੇ ਜੀ ਪੁੰਨਿਆਂ ਹੀ ਕਿਉਂ ਚੁਣੀ ਬਾਬਾ ਆਨੰਦ ਸਿੰਘ ਜੀ ਨੇ ਪੁੰਨਿਆਂ ਹੀ ਕਿਉਂ ਕਈ ਕ੍ਰਿਟੀਸਾਈਜ਼ ਕਰਦੇ ਨੇ ਜੀ ਪੁੰਨਿਆਂ ਮਨਾਉਂਦੇ ਜੀ ਪੁੰਨਿਆਂ ਇੱਦਾਂ ਜੀ ਉਂਝ ਜੀ ਬਾਬਾ ਆਨੰਦ ਸਿੰਘ ਜੀ ਸਿੱਧਾ ਸਵਾਲ ਦਾ ਜਵਾਬ ਦਿੰਦੇ ਸਨ ਕਹਿੰਦੇ ਪੁੰਨਿਆਂ ਵਾਲੇ ਦਿਹਾੜੇ ਮੇਰੇ ਮਾਲਕ ਮੇਰੇ ਗੁਰੂ ਨਾਨਕ ਧਰਤੀ 'ਤੇ ਆਏ ਸਨ ਆਖੋ ਸਤਨਾਮ ਸਤਿ ਸ਼੍ਰੀ ਅਕਾਲ ਕਹਿੰਦੇ ਪੁੰਨਿਆਂ ਵਾਲੇ ਦਿਹਾੜੇ ਮੇਰੇ ਗੁਰੂ ਨਾਨਕ ਧਰਤੀ 'ਤੇ ਤਾਰਨ ਹਾਰ ਧਰਤੀ ਨੂੰ ਤਾਰਨ ਵਾਸਤੇ ਆਏ ਸਨ ਤੇ ਜਿੰਨੀਆਂ ਪੁੰਨਿਆਂ ਫਿਰ ਗੁਰੂ ਨਾਨਕ ਦੇ ਚਰਨਾਂ 'ਚ ਆਖੋ ਸਤਨਾਮ ਕੋਸ਼ਿਸ਼ ਕਰਿਆ ਕਰੋ ਇੱਕ ਰਾਤ ਮਹੀਨੇ ਦੀ ਜਿਹੜੀ ਮਰਜ਼ੀ ਦੇ ਉਹ ਤੁਹਾਡੀ ਇੱਛਾ ਦੇ ਉੱਪਰ ਹੈ ਇੱਕ ਰਾਤ ਕੋਸ਼ਿਸ਼ ਕਰਿਆ ਕਰੋ ਹੁਣ ਜਿਵੇਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਰਹਿਣ ਸਭਾਈ ਦੀ ਸੇਵਾ ਲੈਂਦੇ ਹਰ ਮਹੀਨੇ ਔਰ ਬਹੁਤ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਜੀ ਰਸ ਲੈਂਦੀਆਂ ਰਾਤ 10 ਵਜੇ ਰਹਿਣ ਸਭਾਈ ਸ਼ੁਰੂ ਹੁੰਦੀ ਸਵੇਰੇ 4 ਵਜੇ ਤੱਕ ਸਮਾਂ ਅਤੇ ਕਈਆਂ ਦਾ ਤਾਂ ਇਹ ਪ੍ਰਣ ਹੋ ਚੁੱਕਾ ਪ੍ਰਣ ਕਿ ਗਰੀਬ ਨਿਵਾਜ਼ ਜਦ ਤੱਕ ਸਵਾਸ ਨੇ ਇਹ 12 ਰਾਤਾਂ ਸਾਲ ਦੀਆਂ ਗਰੀਬ ਨਿਵਾਜ਼ ਮੇਰੇ ਕੋਲ ਸੇਵਾ ਲੈਂਦੇ ਰਹਿਣਾ ਆਖੋ ਸਤਨਾਮ ਕਰਮਾਂ ਵਾਲਿਓ 365 ਰਾਤਾਂ ਵਿੱਚੋਂ ਜੇ 12 ਰਾਤਾਂ ਦਿੱਤੀਆਂ ਤਾਂ ਕੋਈ ਵੱਡੀ ਬਾਤ ਤਾਂ ਨਹੀਂ ਕੋਈ ਵੱਡੀ ਬਾਤ ਤਾਂ ਨਹੀਂ ਪਰ ਉਹ 12 ਰਾਤਾਂ ਦੇਣ ਦੇ ਵਿੱਚ ਵੀ ਸਰਫਾ ਕਰਦੇ ਤੁਸੀਂ ਨਹੀਂ ਕਿਤੇ ਰਹਿਣ ਸਭਾਈ 'ਚ ਜਾਣਾ ਨਾ ਜਾਓ ਕਿਤੇ ਹੋਰ ਸਥਾਨ 'ਤੇ ਨਹੀਂ ਜਾਣਾ ਨਾ ਜਾਓ ਘਰੇ ਹੀ ਭਾਵੇਂ ਬਹਿ ਜਾਓ ਰਾਤੀ ਬਹਿ ਜਾਓ 10 ਵਜੇ ਪ੍ਰਸ਼ਾਦਾ ਪਾਣੀ ਛੱਕ ਕੇ ਬਹਿ ਗਏ 6 ਘੰਟੇ 7 ਘੰਟੇ ਸਵੇਰੇ 4 ਵਜੇ ਤੱਕ 5 ਵਜੇ ਤੱਕ 3 ਵਜੇ ਤੱਕ 3:30 ਵਜੇ ਤੱਕ ਤੁਸੀਂ ਕੋਈ ਨੇਮ ਸੁੱਖ ਲਓ ਇੰਨੇ ਜਪਜੀ ਸਾਹਿਬ ਦੇ ਪਾਠ ਕਰਨੇ ਇੰਨੇ ਸੁਖਮਨੀ ਦੇ ਪਾਠ ਕਰਨੇ ਇੰਨਾ ਸਹਿਜ ਪਾਠ ਕਰਨਾ ਇੰਨੀ ਬਾਣੀ ਵਿਚਾਰ ਕੇ ਪੜ੍ਹਨੀ ਹੈ ਸਤਸੰਗ ਉਹ 6-7 ਘੰਟੇ ਇਬਾਦਤ 'ਚ ਬਿਤਾਓ ਕੀਰਤਨ ਲਾ ਲਓ ਕੀਰਤਨ ਭਗਤੀ ਕਰ ਲਓ ਜੇ ਨਹੀਂ ਕੀਰਤਨ ਆਉਂਦਾ ਟੇਪ ਕਿਸੇ ਮਹਾਂਪੁਰਖਾਂ ਦੀ ਕਿਸੇ ਕੀਰਤਨੀਆਂ ਦੀ ਟੇਪ ਲਾ ਕੇ ਕੀਰਤਨ ਦਾ ਰਸ ਭਾਵ ਕਹਿਣ ਤੋਂ ਇੱਕ ਰਾਤ ਗੁਰੂ ਨਾਨਕ ਨੂੰ ਜ਼ਰੂਰ ਦਿਓ ਇਹ ਬਾਬਾ ਆਨੰਦ ਸਿੰਘ ਜੀ ਗਵਾਹੀ ਦਿੰਦੇ ਸਨ ਕਹਿੰਦੇ ਇੱਕ ਰਾਤ ਗੁਰੂ ਨਾਨਕ ਦੀ ਕਹਿੰਦੇ ਪਤਾ ਨਹੀਂ ਕਿਤਨੀਆਂ ਦੁੱਖਾਂ ਦੀਆਂ ਰਾਤਾਂ ਖਤਮ ਹੋ ਜਾਣਗੀਆਂ ਆਖੋ ਸਤਨਾਮ ਸਤਿ ਸ਼੍ਰੀ ਅਕਾਲ ਕਹਿੰਦੇ ਸਨ ਪੁਰਖਾ ਜੇ ਇੱਕ ਰਾਤ ਗੁਰੂ ਨਾਨਕ ਨੂੰ ਦੇ ਦੇਵੇ ਉਹ ਸਾਰੀ ਰਾਤ ਜੇ ਇਬਾਦਤ ਕਰੇ ਉਸ ਇਬਾਦਤ ਵਾਲੀ ਰਾਤ ਦਾ ਸਦਕਾ ਪਤਾ ਨਹੀਂ ਕਿਤਨੀਆਂ ਦੁੱਖਾਂ ਦੀਆਂ ਰਾਤਾਂ ਗੁਰੂ ਨਾਨਕ ਦੀ ਗੋਦੀ 'ਚ ਚਲੀਆਂ ਜਾਣਗੀਆਂ ਗੁਰੂ ਨਾਨਕ ਦੇ ਚਰਨਾਂ 'ਚ ਚਲੀਆਂ ਜਾਣਗੀਆਂ ਤੇਰੀਆਂ ਆਖੋ ਸਤਨਾਮ ਆ ਮੈਂ ਗੱਲ ਦੱਸੀ ਸੀਗੀ ਰਹਿਣ ਸਭਾਈ 'ਚ ਦੁਰਾਹੇ ਤੋਂ ਜਿਹੜੇ ਮਾਤਾ ਜੀ ਆਉਂਦੇ ਆ ਹੁਣ ਵੀ ਆਏ ਹੋਏ ਨੇ ਮਾਤਾ ਭੁਪਿੰਦਰ ਕੌਰ ਜੀ ICU ਦੇ ਵਿੱਚ ਸਨ ਪਤਾ ਨਹੀਂ ਕਿਤਨੀਆਂ ਕੁ ਰਾਤਾਂ ਬਤੀਤ ਕਰਦੀਆਂ ਸਨ 2-3 ਰਾਤਾਂ 4 ਰਾਤਾਂ ਕੱਟ ਕੇ ਆ ਗਏ ਔਰ ਦੇਖੋ ਕਿਸਦਾ ਸ਼ੌਂਕ ICU 'ਚੋਂ ਬੰਦਾ ਸਾਸਕਤ ਬਾਹਰ ਆਉਂਦਾ ਥੋੜ੍ਹਾ ਸਰੀਰ ਨਿਰਬਲ ਹੋ ਜਾਂਦਾ ਬਲਹੀਨ ਹੈ ਪਰ ਫਿਰ ਵੀ ਏਡਾ ਸ਼ੌਂਕ ਸੀ ਕਿ ਅਗਲੇ ਦਿਨ ਰਹਿਣ ਸਭਾਈ ਅਤੇ ਦੁਰਾਹੇ ਤੋਂ ਸਤਸੰਗਤ ਰਹਿਣ ਸਭਾਈ ਅਟੈਂਡ ਕਰਨ ਵਾਸਤੇ ਲੁਧਿਆਣੇ ਪਹੁੰਚੇ ਆਖੋ ਸਤਨਾਮ ਸਦਕੇ ਜਾਈਏ ਇਹ ਇੱਕ ਸ਼ੌਂਕ ਹੋਵੇ ਸਾਨੂੰ ਸ਼ੌਂਕ
बाबा नानक कहन लगे कहिंदे मर्दानिया साज सुर कर अज सारी रात इबादत दे विच ते जिन्हों जिन्हों पता लगे बाबा नानक आए सारी रात इबादत दी चलनी है सिर्फ सलाह दी सारे आ गए जी ओ सत संगत दा मंडल बन गया सारी रात इबादत होंदी रही सिर्फ सलाह दे गीत चलते रहे नानक भौ जल पार परे जो गावे प्रभ के गीत पार ओ गीत लंघा देंदे ने केड़े गीत जेड़े प्रभु दे गीत ने आखो सतनाम हुण जदों सवेर होई बरदानिया भाई साडा काम हो गया हुण चलीए जी पातशाह सत बचन अगों कोई सवाल जवाब नहीं जी पातशाह सारी रात दे जागदे पए आ थोड़ा आराम कर लईए कोई भोजन छक लईए कोई आ जी पातशाह सत बचन जिवें आप जी दी आ गया चले पाईए संगतां भी चलियां गईआं परिवार ने भी बड़िया खुशियां माणिया महाराज नूं रुखसत कीता हुण ध्यान देना सस थोड़ी दूरी ते जदों महाराज गए ना ते रुक गए ते पिछे मुड़े उस कुटिया वल वेख रहे ने जिथे रात बतीत कीती मरदाना जी नूं आवाज मारी मरदाना जी जी पातशाह कहिंदे जाओ जिस कुली च रात बतीत कीती सी ओह कुली ढा दिओ आखो सतनाम कुली ढा दे पातशाह कुली ढा दईए कहिंदे हां जाओ कुली ढा दिओ तोड़ दिओ ओहदी कुली गरीब निवाज सारी रात उहने आसरा दित्ता सारी रात उहने बैठण वास्ते थां दित्ती मरदानिया बचन मन्नीदा जी पातशाह सत बचन मरदाना जी दौड़दे गए झकदे ने इधर उधर किधरे मैनू कोई देखता तो नहीं पिया फटाफट मैं कुली ढा दिया क्योंकि बाबे का हुक्म है मालिक का हुक्म है हुण चंगा की माड़ा सत्संग सेवक ने तो पूरा करना ही है आखो सतनाम सेवक का फर्ज नहीं चाकर लगे चाकरी जो चले खसमे पाए चाकर ओही है नफर ओही है सेवक ओही है जो अपने मालक दे हुक्म विच बांस पकड़िया ते खिच दिता ढा के रख दिता साध संगत उदी कुली हुण जदों कुली ढाई ते उह सिख दूर खड़ा सी उहने वेख्या उह दौड़दा आया हुण जिहदा घर आशियाना डिगदा होवे ते साध संगत दर्द होएगा कि नहीं होएगा भजदा आया जदों भजदा आया वाजा मार रहा जदों नेड़े आ के देखिया ते मरदाना जी ने कुली ढाई कहिंदे मरदाना जी तुसी कुली ढाई मेरा कसूर तो दसो कहिंदे जी ये मैनू नहीं पता मालका ने कहा सी गुरु नानक साहब ने कहा सी कुली ढा दिओ कहिंदे मैं ढाती मैनू कुछ नहीं पता भाई मेरा फर्ज सी मालका का हुक्म मनना मैं ढाता हुण मैं चले गुरु नानक साहब ने कहा कुली ढाण वास्ते जी ਇਹ ਗੁਰੂ ਨਾਨਕ ਸਾਹਿਬ ਦੀ ਮੌਜ ਬਣੀ ਹੈ ਕੁੱਲੀ ਢਾਣ ਦਾ ਚਿਹਰਾ ਖਿੜ ਗਿਆ ਉਸ ਸਿੱਖ ਦਾ ਧਿਆਨ ਦੇਣਾ ਜਿਹਦਾ ਆਸ਼ਿਆਨਾ ਡਿੱਗਿਆ ਹੋਵੇ ਉਹ ਤਾਂ ਰੋਸ ਕਰੇ ਨਾ ਜੀ ਉਹ ਤਾਂ ਲੜਨ ਮਰਨ ਨੂੰ ਆਏਗਾ ਮੇਰਾ ਆਸ਼ਿਆਨਾ ਢਾਤਾ ਤੂੰ ਉਹ ਖਿੜ ਗਿਆ ਜੀ ਕਹਿੰਦੇ ਗੁਰੂ ਨਾਨਕ ਦੀ ਮੌਜ ਬਣੀ ਮੇਰੀ ਕੁੱਲੀ ਢਾਣ ਦੀ ਮਰਦਾਨਾ ਜੀ ਗੁਰੂ ਨਾਨਕ ਦੀ ਮੌਜ ਕਹਿੰਦੇ ਹਾਂ ਇਹ ਗੁਰੂ ਨਾਨਕ ਦੀ ਮੌਜ ਸੀ ਮੇਰਾ ਇਹਦੇ 'ਚ ਕੋਈ ਹੱਥ ਨਹੀਂ ਕਹਿੰਦੇ ਮੈਂ ਤਾਂ ਮਾਲਕਾਂ ਦਾ ਖਾਲੀ ਹੁਕਮ ਵਜਾਇਆ ਬਾਹਾਂ ਚੱਕ ਲਈਆਂ ਕਹਿੰਦੇ ਵਾਹ 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 ਕਹਿੰਦੇ ਮਰਦਾਨਾ ਜੀ ਤੁਹਾਨੂੰ ਨਹੀਂ ਪਤਾ ਗੁਰੂ ਨਾਨਕ ਦੀ ਮੌਜ 'ਚ ਬੜੀਆਂ ਮੌਜਾਂ ਨੇ ਆਖੋ ਸਤਨਾਮ ਸ੍ਰੀ ਅਕਾਲ ਗੁਰੂ ਨਾਨਕ ਦੀਆਂ ਮੌਜਾਂ 'ਚ ਬੜੀਆਂ ਮੌਜਾਂ ਨੇ ਇਹ ਕਿਹੜੀ ਬਿਰਤੀ ਹੈ ਜੀ ਇਹ ਕਿਹੜੀ ਬਿਰਤੀ ਹੈ ਇਹ ਆਹ ਬਿਰਤੀ ਹੈ ਕਰੇ ਸ਼ੁਕਰਾਨਾ 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 ਕਾਰਨ ਕਰਤਾ ਜੋ ਕਰੇ ਕਾਰਨ ਕਰਤਾ
ਦਾ ਕਾਰਨ ਕਰਤਾ ਕੌਣ ਹੈ? ਗੁਰੂ ਨਾਨਕ। ਉਹ ਸਿੱਖ ਵਾਸਤੇ ਰੱਬ ਕੌਣ ਸੀ? ਗੁਰੂ ਨਾਨਕ। ਗੁਰੂ ਨਾਨਕ ਕਾਰਨ ਕਰਤਾ ਜੋ ਕਰੇ, ਕਾਰਨ ਕਰਤਾ ਜੋ ਕਰੇ, ਸਿਰ ਤਰ ਮਨ ਕਰੇ ਸ਼ੁਕਰਾਨ, ਸਿਰ ਤਰ ਮਨ ਕਰੇ ਸ਼ੁਕਰਾਨਾ, ਕਰੇ ਸ਼ੁਕਰਾਨਾ, ਕਰੇ ਸ਼ੁਕਰਾਨਾ, ਨਾਨਕ ਸਾਹਿਬ ਦੀ ਮੌਜ। ਕਹਿੰਦੇ ਮਰਦਾਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੇਰੇ ਗੁਰੂ ਨਾਨਕ ਦੀ ਮੌਜ 'ਚ ਬੜੀਆਂ ਮੌਜਾਂ ਨੇ। ਮਰਦਾਨਾ ਜੀ ਨੇ ਜਦੋਂ ਇਹ ਆਵਾਜ਼ ਸੁਣੀ, ਇਹ ਲਫ਼ਜ਼ ਸੁਣੇ, ਇਹ ਬੋਲ ਸੁਣੇ, ਸੀਸ ਝੁਕਾ ਦਿੱਤਾ। ਕਹਿੰਦੇ ਸਿੱਖਾ ਤੂੰ ਧਨ ਹੈ, ਧਨ ਹੈ। ਮੈਂ ਸੋਚਦਾ ਸੀ ਕਿ ਤੂੰ ਲੜਨ ਮਰਨ ਨੂੰ ਪੈ ਜਾਏਗਾ, ਪਰ ਗੁਰੂ ਨਾਨਕ ਦੀ ਮੌਜ ਨੂੰ ਤੂੰ ਐਡੇ ਖਿੜੇ ਮੱਥੇ ਮੰਨ ਲਿਆ, ਐਡੇ ਸ਼ੁਕਰਾਨੇ 'ਚ ਮੰਨ ਲਿਆ। ਮਰਦਾਨਾ ਜੀ ਵਾਪਸ ਆ ਗਏ। ਉੱਧਰ ਜਦੋਂ ਬੀਬੀ ਆਈ, ਜਦੋਂ ਬੀਬੀ ਉਹ ਸਿੱਖ ਦੀ, ਤੇ ਸਿੱਖ ਨੂੰ ਪੁੱਛਣ ਲੱਗੀ, ਜੀ ਇਹ ਕੀ? ਕਹਿੰਦੇ ਭਗਵਾਨੇ ਗੁਰੂ ਨਾਨਕ ਸਾਹਿਬ ਨੇ ਜਾਂਦਿਆਂ ਜਾਂਦਿਆਂ ਕੁੱਲੀ ਤੋੜਨ ਦਾ ਹੁਕਮ ਦੇ ਦਿੱਤਾ ਬਾਬਾ ਮਰਦਾਨਾ ਜੀ ਨੂੰ, ਤੇ ਬਾਬਾ ਮਰਦਾਨਾ ਜੀ ਕੁੱਲੀ ਤੋੜ ਗਏ। ਸਤਵੰਤੀ ਸੀ, ਭਗਤੀ ਵਾਲੀ ਸੀ ਉਹ ਬੀਬੀ। ਗੁਰੂ ਨਾਨਕ ਸਾਹਿਬ ਨੇ ਕਿਹਾ, ਹਾਂ ਭਗਵਾਨ ਨੇ ਇੱਕ ਲਫ਼ਜ਼ ਵੀ ਮਾੜਾ ਨਹੀਂ ਕਿਹਾ ਬੀਬੀ ਨੇ, ਕਹਿੰਦੇ ਸੱਤ ਹੈ। ਗੁਰੂ ਨਾਨਕ ਦੀ ਮੌਜ, ਰਹਿਮਤਾਂ ਗੁਰੂ ਨਾਨਕ ਦੀ। ਜਦੋਂ ਬਾਬਾ ਮਰਦਾਨਾ ਜੀ ਪਹੁੰਚੇ, ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ ਕੁੱਲੀ ਢਾਲਤੀ? ਜੀ ਪਾਤਸ਼ਾਹ ਢਾਲਤੀ, ਤੁਹਾਡੀਆਂ ਤੂੰ ਜਾਣੇ ਮਹਾਰਾਜ। ਕਹਿੰਦੇ ਚੱਲ ਮਰਦਾਨਿਆ, ਹੁਣ ਅੱਗੇ ਚੱਲੀਏ, ਅੱਗੇ ਤੁਰਨ ਦਾ ਹੁਣ ਸਮਾਂ ਆ ਗਿਆ, ਚਲੋ ਜੀ ਪਾਤਸ਼ਾਹ। 7 ਵਜੇ ਹੁਣ ਸਾਧ ਸੰਗਤ ਗਰੀਬ ਇੰਨੇ ਸਨ ਕਿ ਮਜ਼ਦੂਰ ਕਰ ਨਹੀਂ ਸਕਦੇ। ਹੁਣ ਜਿਹੜੀ ਕੁੱਲੀ ਟੁੱਟੀ ਹੈ ਉਹਨੂੰ ਦੁਬਾਰਾ ਵੀ ਤਾਂ ਬਣਾਉਣੀ ਹੈ ਨਾ, ਦੁਬਾਰਾ ਹੁਣ ਆਸ਼ਿਆਨਾ ਬਣਾਉਣਾ, ਰਾਤ ਰਹਿਣਗੇ ਕਿੱਥੇ? ਗਰੀਬ ਇੰਨੇ ਨੇ ਕਿ ਮਜ਼ਦੂਰ ਕਰ ਨਹੀਂ ਸਕਦੇ। ਆਪ ਹੀ ਕਈਆਂ ਚੱਕ ਲਈਆਂ, ਬੱਚਿਆਂ ਨੂੰ ਕਈਆਂ ਫੜਾ ਦਿੱਤੀਆਂ, ਆਪ ਕਈਆਂ ਚੱਕ ਲਈਆਂ, ਚਲੋ ਭਾਈ ਸ਼ੁਰੂ ਹੋ ਜਾਓ। ਪੱਟੋ ਮਿੱਟੀ ਤੇ ਫਿਰ ਆਸ਼ਿਆਨਾ ਹੁਣ ਪੱਕੇ ਤੌਰ 'ਤੇ ਖੜਾ ਕਰੀਏ। ਸ਼ਾਇਦ ਗੁਰੂ ਨਾਨਕ ਸਾਹਿਬ ਨੇ ਕੱਚੀਆਂ ਲੈ ਕੇ ਪੱਕੀਆਂ ਦੇਣੀਆਂ ਹੁਣ, ਚਲੋ ਹੁਣ ਨੀਚੋਂ ਸ਼ੁਰੂ ਕਰਦੇ ਹਾਂ, ਮਿੱਟੀ ਪੱਟੋ ਅਤੇ ਕੋਸ਼ਿਸ਼ ਕਰਦੇ ਹਾਂ, ਹੁਣ ਛੋਟਾ ਜਿਹਾ ਕਰ ਉਸਾਰ ਸਕੀਏ। ਹੁਣ ਸਾਧ ਸੰਗਤ ਜਦੋਂ ਮਿੱਟੀ ਪੱਟਦੇ ਪਏ, ਜਿੱਥੇ ਸਾਰੀ ਰਾਤ ਗੁਰੂ ਨਾਨਕ ਬੈਠੇ ਸਨ, ਕੀਰਤਨ ਕੀਤਾ ਸੀ, ਜਿੱਥੇ ਜਿਸ ਜਗ੍ਹਾ 'ਤੇ ਸਤਿਗੁਰੂ ਜੀ ਬੈਠੇ ਸਨ, ਸਾਰੀ ਰਾਤ ਇਬਾਦਤ ਕੀਤੀ ਸੀ, ਜਦੋਂ ਉਸ ਥਾਂ 'ਤੇ ਮਾਰੀ ਨਾ ਕਈ 5-7 ਜਦੋਂ ਮਾਰੀਆਂ ਕਈਆਂ, ਤੇ ਜਦੋਂ ਥੱਲੇ ਸਾਧ ਸੰਗਤ ਪਹੁੰਚੇ ਤੇ ਛੰਨ ਦੀ ਆਵਾਜ਼ ਆਈ, ਛੰਨ ਆ ਕੇ ਜਦੋਂ ਸਾਧ ਸੰਗਤ ਮਿੱਟੀ ਚੰਗੀ ਪੱਟੀ ਤੇ ਕੀ ਵੇਖਦੇ ਨੇ? ਮੋਹਰਾਂ ਦਾ ਭਰਿਆ ਹੋਇਆ ਇੱਕ ਘੜਾ, ਆਖੋ ਸਤਨਾਮ, ਮੋਹਰਾਂ ਸੋਨੇ ਦੀਆਂ ਮੋਹਰਾਂ ਦਾ ਭਰਿਆ ਹੋਇਆ, ਜਿੱਥੇ ਗੁਰੂ ਨਾਨਕ ਬੈਠੇ ਸਨ ਉਹ ਬਾਹਰ ਨਿਕਲੇ। ਉਹ ਵੇਖ ਕੇ ਹੈਰਾਨ, ਇਹ ਕੀ? ਬੀਬੀ ਕਹਿਣ ਲੱਗੀ, ਇੱਥੇ ਹੀ ਸਾਹਿਬ ਬੈਠੇ ਸਨ, ਆਖੋ ਸਤਨਾਮ, ਇੱਥੇ ਹੀ ਸਾਹਿਬ ਬੈਠੇ ਸਨ। ਉਹ ਸਿੱਖ ਕਹਿਣ ਲੱਗਾ, ਕਹਿੰਦੇ ਹੁਣ ਸਮਝਿਆ ਮੈਂ, ਹੁਣ ਸਮਝਿਆ ਮੈਂ। ਕਹਿੰਦੇ ਬੀਬੀ ਮੈਂ ਨਾ ਕਹਿੰਦਾ ਸਹੀ, ਗੁਰੂ ਨਾਨਕ ਦੀਆਂ ਮੌਜਾਂ 'ਚ ਬੜੀਆਂ ਮੌਜਾਂ। ਉਹ ਗੁਰੂ ਨਾਨਕ ਨੇ ਥੋੜ੍ਹਾ ਲਿਆ ਤੇ ਦੇਖ ਬਹੁਤਾ ਦੇ ਦਿੱਤਾ, ਆਖੋ ਸਤਨਾਮ। ਕਰਮਾ ਵਾਲਿਓ, ਇਹ ਸਮੇਂ ਸਾਡੇ 'ਤੇ ਵੀ ਬਣਦੇ ਨੇ। ਜਦੋਂ ਸਾਡੇ ਕੋਲੋਂ ਥੋੜ੍ਹਾ ਬਹੁਤ ਜਾਂਦਾ ਨਾ, ਨੁਕਸਾਨ ਹੁੰਦਾ ਵਪਾਰ ਦੇ ਵਿੱਚ ਜਾਂ ਕਿਤੇ ਵੀ, ਤੇ ਪਿੱਟਣੇ ਪੈ ਜਾਂਦੇ, 2-2 ਦਿਨ ਬੁਰਕੀਆਂ ਨਹੀਂ ਅੰਦਰ ਜਾਂਦੀਆਂ, ਸਾਹ ਰੁਕਿਆ ਹੁੰਦਾ ਜੀ। ਘਰ ਵਾਲੀ ਵਿਚਾਰੀ ਤੜਫਦੀ ਰਹਿੰਦੀ, ਹੁਣ ਖਾ ਲਓ, ਹੁਣ ਜਿਹੜਾ ਹੋ ਗਿਆ ਹੋ ਗਿਆ। ਜੇ ਉਸ ਗਏ ਦਾ ਵੀ ਬੰਦਾ ਸ਼ੁਕਰਾਨਾ ਕਰ ਲਵੇ, ਮਾਲਕਾ ਤੇਰੀ ਮੌਜ, ਤੇਰੀ ਮੌਜਾਂ 'ਚ ਮੌਜਾਂ, ਆਖੋ ਸਤਨਾਮ। ਗੁਰੂ ਨਾਨਕ ਕਹਿਣਗੇ, ਅੱਛਾ ਤੂੰ ਇਹਨੂੰ ਮੇਰੀ ਮੌਜ ਸਮਝੀ, ਲੈ ਫਿਰ ਤੈਨੂੰ ਮੌਜਾਂ ਹੀ ਦਿੰਦੇ, ਆਖੋ ਸਤਨਾਮ। ਤੂੰ ਇਹਨੂੰ ਮੇਰਾ ਕਰਮ ਸਮਝਿਆ,
ले फिर तेरे उपर मैं वड्डा कर्म करदा वा, कर्म मतलब बख्शिश अल्लाह। ते जे उस थोड़े गए हुए दे उपर शिकवे हाय रब्बा की कीता ही, मैं सवेरे अमृत वेले उठ के पानी पड़दा सी, मैं सिमरन करदा सी, मैं आ करदा सी, एडा नुकसान कर तैया कर, फिर तो शिकवियां दे भाग नहीं लगते, शिकवे वाला तो फिर होर डुबदा है, होर डुबदा। कर्मा वाले कारण करता जो करे, सिर धर मन करे शुकराना, करे शुकर। साडे कोल हल भी की है, एक चीज साडे कोल चली गई, हुण साडे कोल दो चीजा ने, या शुकराना ते या शिकवा, बस इन्हां दोनों चो कोई एक चीज कर सकते, होर साडे कोल तीसरा कोई ऑप्शन नहीं है। कि साडे कोल कोई होर ऑप्शन है नहीं है ना जी, ते फिर मैं पहला ऑप्शन शिकवे वाला क्यों लवा, मैं शुकराने वाला क्यों ना लवा, को सतनाम है औखा, है औखा। सस बंदा गड्डी च जा रहा है, एक्सीडेंट हो गया, जे थोड़ी सट तगड़ी लग गई, हड्डी लाइन फ्रैक्चर आ गया, तो डॉक्टर कहना जी प्लस्तर लगेगा, 3 महीने बेड रेस्ट, 3 महीने। ओ रब्बा तेरे दर ते चलिया सी, ये की करता ही 3 महीने मंजे ते पाता ही, दुकान कौन खोलेगा या नौकरी ते कौन जाएगा, मेरा की बनेगा, हुण एदा हो गया, उदा आ गए ना शिकवे। ते दूसरी बिरती, दूसरी बिरती की कहती, दूसरी बिरती कहती है गरीब रिवाज, शुक्र है प्लस्तर ते रख ले, जे हड्डी ज्यादा टुट जाती ते रोडा पानियां पैंदियां, खो सतना, फिर तो होर साल सवा साल मैनू मंजे ते पैना पै। कर्मा वाले इदा शुकराना, ते जे किधरे रोडा पै गई, हुण रोडा वाले वाहिगुरू ना करे, जे रोडा पै गई दो चार जगह तो हड्डी टुट गई, डॉक्टर ने तीनों थावां तो ऑपरेशन करके रोडा पाइया, तो एन सैट कर, हुण डॉक्टर कहिंदा जी 1.5 साल तो थोड़ा जिहा औखा रहेगा, पर 1.5 साल तो बाद बिल्कुल भजोगे तुसीं, भजो। हुण एक बिरती, ओ वाहिगुरु 1.5 साल मैं मर गया, ए हो गया, लुटिया गया, पुटिया गया, आ जी ओ, हल की है, हल की है साडे, या शिकवा या शुकराना, तीसरी ऑप्शन ही साडे कोई नहीं। जे तीसरी ऑप्शन ही नहीं है, मैं शिकवे क्यों करके अपने गुरु का मैं रोस लवा जी, मैं गुरु की नाराजगी क्यों लवा, फिर उतों ही शुकराने तब्दील कर दिया, सच्चे पातशाह कृपा की थी भाई, आ राडा रूडा दे बेच ही समेटता ही, जे किधरे लाती कट्टी जांदी आ, खो सतना, जे लाती ना रहिंदी 1.5 साल बाद भज ता सकांगा ना, तुर ता सकांगा ना, जे लाती ना रहिंदी ते की होंदा। कर्मा वाले हर सिचुएशन दे विच, इन एनी सिचुएशन, हर सिचुएशन दे विच तुसी दो बिरतियां दे नाल खड़े होंदे हो, एक शिकवा एक शुकराना, पर दोनों बिरतियां विचों एक नूं चुनना हुंदा है, ते केड़ी चुनी है जी, साहिब कहिंदे फिर आ चुनी, करे शुकराना, करे शुकराना, करे शुकराना, करे शुकराना, करे शुकराना, करे चरणा च शीस निभाया उस सिख ने, गुरु नानक साहब ने, गरीब निवाज बड़ी कृपा की, तुसी कोई काम अकारण नहीं करते, कोई कारण जरूर होता है, उदे विच तुसी तां डिगियां नूं खड़ा करन वाले हो, तुसी टुटियां नूं जोड़न वाले हो, महाराज जुड़े हुए नूं तुसी तोड़ नहीं सकते, जे ए झोंपड़े नूं तोड़िया ते कहिंदे मैनूं समझ लग गई सी कुछ देना है, आखो सतनाम, हुण महल उसार दिते जी, वड्डे महल, वड्डा मकान बन गया, उस नगर का सब तो वड्डा सेठ बन गया जी वो सिख, थोड़ा समा पा के हुण गुरु नानक साहब उतों लंघदे पे, जदों लंघे ना ते बड़ा सोहना महल बनिया होया, उतों ही दूरों खड़े होके बाबा मरदाना जी नूं कहण लगे, कहिंदे मरदानिया वो वेख रहे हैं महल जी, पातशाह वेख रहे,
ਜਾਂਦਿਆਂ ਨੂੰ ਇੱਥੇ ਝੁੱਗੀ ਸੀ, ਤੁਸੀਂ ਤੁੜਵਾਤੀ ਸੀ ਝੁੱਗੀ, ਤੇ ਗਰੀਬ ਨਿਵਾਜ ਦੇਖੋ ਗਰੀਬ ਦੀ ਝੁੱਗੀ ਟੁੱਟ ਗਈ, ਹੁਣ ਕਿਸੇ ਨੇ ਉਹਦੀ ਥਾਂ ਤੇ ਮਹਿਲ ਬਣਾ ਲਿਆ। ਮਰਦਾਨਿਆ ਕਿਸੇ ਨੇ ਮਹਿਲ ਨਹੀਂ ਬਣਾਇਆ, ਉਹ ਜਿਹਦੀ ਝੁੱਗੀ ਸੀ ਇਹ ਮਹਿਲ ਉਹਦਾ ਹੀ ਆ। ਆਖੋ ਸਤਨਾਮ ਵਾਹਿਗੁਰੂ ਹਾਂਜੀ ਸਤਿ ਸ੍ਰੀ ਅਕਾਲ। ਬਾਬਾ ਮਰਦਾਨਾ ਜੀ ਮੁਸਕਰਾ ਪਏ, ਖਿੜ ਕੇ ਹੱਥ ਜੋੜੇ, ਕਹਿੰਦੇ ਪਾਤਸ਼ਾਹ ਇਹ ਉਹਦਾ ਮਹਿਲ। ਆ ਮਰਦਾਨਿਆ ਜਾ ਬੂਆ ਖੜਕਾ ਕੇ ਕਹਿ ਨਾਨਕ ਬੁਲਾਉਂਦੇ ਨੇ। ਆਖੋ ਸਤਨਾਮ। ਮਰਦਾਨਾ ਜੀ ਦੌੜੇ ਦੌੜੇ ਬੂਆ ਖੜਕਾਇਆ, ਜਦੋਂ ਸਿੱਖ ਨੇ ਬੂਹਾ ਖੋਲਿਆ ਮਰਦਾਨਾ ਜੀ ਦੇ ਦਰਸ਼ਨ ਕੀਤੇ, ਆਹ ਤਨ ਮਨ ਹੋਏ ਨਿਹਾਲ, ਨਿਹਾਲ ਹੋ ਗਿਆ। ਤੇ ਮਰਦਾਨਾ ਜੀ ਨੇ ਕੀ ਦੱਸਣਾ ਸੀ ਇਹ ਪਹਿਲਾਂ ਹੀ ਪੁੱਛ ਬੈਠਾ, ਕਹਿੰਦੇ ਬਾਬਾ ਨਾਨਕ ਵੀ ਆਏ, ਨਾਨਕ ਜੀ ਆਏ ਨੇ? ਕਹਿੰਦੇ ਹਾਂ ਭਾਈ ਆਏ ਨੇ, ਤੈਨੂੰ ਸੱਦਦੇ ਪਏ ਨੇ। ਆਵਾਜ਼ ਮਾਰੀ ਭਾਗਵਾਨੇ ਜਲਦੀ ਆ, ਦੌੜਦੀ ਆ ਜਲਦੀ। ਜੀ ਸਾਈਂ ਕੀ ਹੋ ਗਿਆ? ਨਾਨਕ ਜੀ ਆਏ ਨੇ, ਨਾਨਕ ਜੀ। ਬੱਚੇ ਲਏ ਦੌੜੇ ਸਾਧ ਸੰਗਤ ਦੌੜੇ, ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਪਹੁੰਚੇ ਚਰਨਾਂ ਤੇ ਮੱਥਾ ਰੱਖਤਾ, ਭੁੱਬਾਂ ਨਿਕਲ ਗਈਆਂ, ਰੋਣ ਨਿਕਲ ਗਿਆ, ਰੋਈ ਜਾ ਰਿਹਾ ਰੋਈ ਜਾ ਰਿਹਾ, ਚਰਨ ਚੁੰਮਣ ਲੱਗਾ। ਗਰੀਬ ਨਿਵਾਜ ਮੇਰੇ ਗਰੀਬ ਤੇ ਐਡੀ ਦਇਆ ਕੀਤੀ, ਐਡੀ ਕਿਰਪਾ ਕੀਤੀ ਸੱਚੇ ਪਾਤਸ਼ਾਹ, ਅੱਜ ਫਿਰ ਕਿਰਪਾ ਕਰੋ, ਅੱਜ ਫਿਰ ਕਿਰਪਾ ਕਰੋ। ਗਰੀਬ ਨਿਵਾਜ ਜਿਵੇਂ ਉਦੋਂ ਭਾਗ ਲਾਏ ਸਨ ਕੀਰਤਨ ਕਰਕੇ, ਅੱਜ ਵੀ ਕੀਰਤਨ ਕਰਕੇ ਭਾਗ ਲਾਓ। ਅੱਜ ਵੀ ਤੁਹਾਡੀ ਦਿੱਤੀ ਉਦੋਂ ਕੁੱਲੀ ਸੀ, ਅੱਜ ਮਹਿਲ ਹੈ, ਅੱਜ ਮਹਿਲਾਂ ਦੇ ਚਰਨ ਪਾ ਕੇ ਸੱਚੇ ਪਾਤਸ਼ਾਹ ਜੀ ਭਾਗ ਲਾਓ। ਉਦੋਂ ਵੀ ਤੁਹਾਡਾ ਦਿੱਤਾ ਭਾਵੇਂ ਕੁੱਲੀ ਸ਼ੁਕਰਾਨੇ ਸਨ, ਅੱਜ ਦਿੱਤੇ ਮਹਿਲ ਤੁਸੀਂ ਤਾਂ ਵੀ ਸ਼ੁਕਰਾਨੇ। ਮਹਾਰਾਜ ਕਹਿਣ ਲੱਗੇ ਬਾਈ ਸਤਸੰਗ ਵਾਸਤੇ ਹੀ ਆਏ ਹਾਂ। ਜਦੋਂ ਸਤਸੰਗ ਮਹਾਰਾਜ ਅੰਦਰ ਗਏ ਮਹਿਲ ਦੇ, ਉਸ ਘਰ ਦੇ ਇੰਨਾ ਖੂਬਸੂਰਤ ਘਰ, ਮਹਾਰਾਜ ਕਹਿਣ ਲੱਗੇ ਬੜਾ ਸੋਹਣਾ ਘਰ ਬਣਾਇਆ ਜੀ, ਗਰੀਬ ਨਿਵਾਜ ਤੁਹਾਡਾ ਦਿੱਤਾ ਹੈ। ਆਖੋ ਸਤਨਾਮ। ਤੁਹਾਡਾ ਦਿੱਤਾ, ਮੇਰੇ ਗਰੀਬ ਦਾ ਕੁਝ ਨਹੀਂ। ਇਹ ਨਹੀਂ ਕਿਹਾ ਕਿ ਸੱਚੇ ਪਾਤਸ਼ਾਹ ਇਹ ਫਲਾਣਾ ਝੂਮਰ ਇੱਥੋਂ ਲਿਆਇਆ, ਇਹ ਫਲਾਣੀ ਇੱਟ ਇੱਥੋਂ ਲਿਆਇਆ। ਜਿਵੇਂ ਅਸੀਂ ਕਹਿੰਦੇ ਨਾ ਕੋਈ ਸਾਨੂੰ ਪੁੱਛ ਲਵੇ ਕਿ ਮਕਾਨ ਬੜਾ ਸੋਹਣਾ, ਤੁਹਾਨੂੰ ਕੀ ਪਤਾ ਇਹ ਇਟਾਲੀਅਨ ਮਾਰਬਲ ਮੈਂ ਫਲਾਣਾ ਮਕਰਾਨੇ ਤੋਂ ਲੈ ਕੇ ਆਇਆ, ਇਹ ਚੀਜ਼ ਮੈਂ ਉੱਥੋਂ ਲਿਆਇਆ। ਇਹ ਚੀਜ਼ ਕਿਤੇ ਨਹੀਂ ਆਪਣੇ ਸਤਿਗੁਰ ਦਾ ਨਾਮ ਲਏਗਾ ਜੀ, ਕਿਤੇ ਕਿਤੇ ਨਹੀਂ। ਮੈਂ ਉੱਥੇ ਗਿਆ, ਮੈਂ ਉੱਥੇ ਗਿਆ, ਮੈਂ ਉੱਥੇ ਗਿਆ, ਉੱਥੋਂ ਲਿਆ। ਸਿੱਧਾ ਕਹਿ ਦੇ ਸਾਰੀਆਂ ਗੱਲਾਂ ਵਿੱਚ ਹੀ ਆ ਜਾਣਗੀਆਂ। ਇਹ ਮਹਿਲ ਬੜਾ ਸੋਹਣਾ ਬਣਾਇਆ, ਨਹੀਂ ਗੁਰੂ ਨੇ ਦਿੱਤਾ ਹੈ। ਸੋਹਣੇ ਦੀ ਦਾਤ ਸੋਹਣੀ ਆਉਂਦੀ ਆ। ਕੋ ਸਤਨਾਮ। ਸੋਹਣੇ ਸਤਿ ਸ੍ਰੀ ਅਕਾਲ। ਸੋਹਣਾ ਕੋਈ ਮਾੜੀ ਦਾਤ ਦੇਗਾ, ਸੋਹਣਾ ਸੋਹਣੀ ਦਾਤ ਦੇਗਾ। ਇਹ ਮੇਰਾ ਨਹੀਂ, ਇਹ ਗੁਰੂ ਨਾਨਕ ਦਾ ਘਰ ਹੈ, ਇਹ ਸਾਹਿਬ ਦਾ ਨਿਵਾਸ ਹੈ, ਇੱਥੇ ਇਹ ਸਤਿਗੁਰਾਂ ਦਾ ਘਰ ਹੈ। ਰੌਣਕਾਂ ਲੱਗ ਗਈਆਂ ਸਤਸੰਗ, ਰੌਣਕਾਂ ਲੱਗ ਗਈਆਂ। ਫਿਰ ਨਗਰ ਵਾਲੇ ਇਕੱਠੇ ਹੋਏ, ਸਤਸੰਗ ਦੀਆਂ ਝੜੀਆਂ ਤੇ ਸਾਹਿਬ ਜੋ ਤੁਰਨ ਲੱਗੇ, ਕਹਿਣ ਲੱਗੇ ਸਿੱਖਾਂ ਨਿਹਾਲ ਨਿਹਾਲ, ਤੇਰੀ ਜਿਹੜੀ ਸ਼ੁਕਰਾਨੇ ਵਾਲੀ ਬਿਰਤੀ, ਤੂੰ ਹਰ ਵੇਲੇ ਜਿਹੜਾ ਸੀਸ ਝੁਕਾ ਕੇ ਸ਼ੁਕਰਾਨੇ 'ਚ ਰਹਿੰਦਾ। ਕਿਸੇ ਦਿਨ ਫਾਕੇ ਕੱਟਣੇ ਪੈ ਗਏ, ਭੁੱਖਾ ਰਹਿਣਾ ਪੈ ਗਿਆ, ਪਾਣੀ ਪੀ ਕੇ ਤਾਂ ਤੂੰ ਗੁਜ਼ਾਰਾ ਕਰ ਲਿਆ, ਪਰ ਤੇਰੇ ਚਿਹਰੇ 'ਚ ਤੇਰੀ ਜ਼ਬਾਨ 'ਚ ਕਦੇ ਸ਼ਿਕਵਾ ਨਹੀਂ ਆਇਆ। ਕੋ ਸਤਨਾਮ। ਨਾ ਤੂੰ ਆਪਣੇ ਬੱਚਿਆਂ ਦੀ ਜ਼ਬਾਨ 'ਚ ਸ਼ਿਕਵਾ ਆਣ ਦਿੱਤਾ। ਕਹਿੰਦੇ ਜਿੱਥੇ ਸ਼ੁਕਰਾਨੇ ਹੁੰਦੇ ਨੇ ਉੱਥੇ ਬਰਕਤਾਂ ਹੁੰਦੀਆਂ, ਜਿੱਥੇ ਸ਼ੁਕਰਾਨੇ ਹੁੰਦੇ ਨੇ ਉੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਉੱਥੇ ਵਾਹਿਗੁਰੂ ਜੀ ਦੀ ਰਹਿਮਤ ਹੁੰਦੀ ਹੈ। ਕੋ ਸਤਨਾਮ। ਸਤਿ ਸ੍ਰੀ ਅਕਾਲ। ਕਰੇ ਸ਼ੁਕਰਾਨਾ, ਕਰੇ ਸ਼ੁਕਰਾਨਾ, ਕਰੇ ਸ਼ੁਕਰਾਨਾ, ਬਾਬਾ ਕਰੇ ਸ਼ੁਕਰਾਨਾ, ਕਰੇ ਸ਼ੁਕਰਾਨਾ, ਕਰੇ ਸ਼ੁਕਰਾਨਾ, ਕਰੇ ਸ਼ੁਕਰਾਨਾ, ਕਰੇ ਸ਼ੁਕਰਾਨਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
सिद्क सबूरी पाए कर शुकरानिया, सिद्क सबूरी पाए कर शुकरानिया, सिद्क सबूरी पाए कर शुकरानिया, सिद्क सबूरी पाए कर शुकरानिया। मैं लफ्ज दोहरा दिया ਤੁਹਾਨੂੰ ਕੀਰਤਨ ਕਰਨ ਚ ਬੜਾ ਆਨੰਦ ਆਇਆ। ਸਿਦਕ ਸਬੂਰੀ ਪਾਏ ਕਰ ਸ਼ੁਕਰਾਨਿਆ ਸ਼ੁਕਰਾਨਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਸਿਦਕ ਵਿੱਚ ਆ, ਸਬੂਰੀ ਚ ਆ, ਸਬਰ ਦੇ ਵਿੱਚ ਆ। ਜਿਨ੍ਹਾਂ ਦੇ ਕੋਲ ਇਹ ਸਿਦਕ ਤੇ ਇਹ ਸਬੂਰੀ, ਕਹਿੰਦੇ ਫਿਰ ਰਜ ਰਜ ਕਰੋ ਸ਼ੁਕਰਾਨੇ, ਰਜ ਰਜ, ਕਿਉਂਕਿ ਇਹਨਾਂ ਦਾਤਾਂ ਨੇ ਭਾਗ ਲਾਣੇ ਨੇ ਤੁਹਾਨੂੰ। ਵਾਕਈ ਜਿਹਨਾਂ ਕੋਲ ਸਿਦਕ ਹੈ, ਸਿਦਕ ਮਤਲਬ ਹੁੰਦਾ ਭਰੋਸਾ, ਆਪਣੇ ਸਾਹਿਬ ਤੇ ਅਟਲ ਭਰੋਸਾ, ਜਿਹੜਾ ਟਲਿਆ ਨਹੀਂ ਜਾ ਸਕਦਾ, ਅਟਲ ਭਰੋਸਾ, ਇੰਨਾ ਭਰੋਸਾ ਕਿ ਜੋ ਮੇਰੇ ਕਰਤਾ ਕਰ ਰਹੇ ਨੇ ਮੇਰੇ ਲਈ ਚੰਗਾ ਕਰ ਰਹੇ ਨੇ। ਆਖੋ ਸਤਨਾਮ ਤੇ ਸਬੂਰੀ ਸਬਰ, ਸਬਰ ਆ ਜਾਵੇ ਸੱਸ। ਕੀ ਕਹਿੰਦੇ ਭਾਈ ਗੁਰਦਾਸ ਜੀ? ਸਿਦਕ ਸਬੂਰੀ ਪਾਏ ਕਰ ਸ਼ੁਕਰਾਨਿਆ, 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 ਕਰ ਸ਼ੁਕਰਾਨਿਆ, ਕਰ ਸ਼ੁਕਰਾਨਿਆ, ਕਰ ਸ਼ੁਕਰਾਨਿਆ, ਕਰ ਸ਼ੁਕਰਾਨਿਆ, ਕਰ ਸ਼ੁਕਰਾਨਿਆ, ਕਰ ਸ਼ੁਕਰਾਨਿਆ। ਸਿਮਰਨ ਕਰਦੇ ਕਰਦੇ ਜਾ ਰਹੇ ਨੇ ਤੇ ਉਹਨਾਂ ਦੇ ਅੱਗੇ ਪੰਜ ਸੱਤ ਬੀਬੀਆਂ ਜਾ ਰਹੀਆਂ ਸਨ। ਉਹਨਾਂ ਬੀਬੀਆਂ ਵਿੱਚੋਂ ਇੱਕ ਬੀਬੀ ਦਾ ਨਵਾਂ ਨਵਾਂ ਰਿਸ਼ਤਾ ਹੋਇਆ ਸੀ, ਰਿਸ਼ਤਾ, ਤੇ ਉਹਦੇ ਆਦਮੀ ਨੇ, ਹੋਣ ਵਾਲੇ ਆਦਮੀ ਨੇ ਇੱਕ ਨੱਥਨੀ ਭੇਜੀ, ਨੱਥਨੀ ਨੱਕ 'ਚ ਪਾਉਣ ਵਾਲੀ ਨੱਥਨੀ, ਬੜੀ ਖੂਬਸੂਰਤ ਹੋਣੀ ਹੈ ਨੱਥਨੀ, ਬੜੀ ਖਾਸ ਜਗ੍ਹਾ ਤੋਂ ਲੈ ਕੇ ਆਇਆ ਹੋਣਾ। ਉਹ ਆਪਣੀ ਬੀਬੀਆਂ ਨੂੰ ਨਾ, ਆਪਣੀ ਸੰਗਣਾ ਨੂੰ ਕਵੇ, ਕਹਿੰਦੇ ਇਹ ਮੇਰੇ ਆਦਮੀ ਨੇ ਭੇਜੀ, ਸਪੈਸ਼ਲ ਉੱਥੋਂ ਲੈ ਕੇ ਆਏ, ਐਡੀ ਸੋਹਣੀ ਨੱਥਨੀ ਹੈ, ਇੰਨੀ ਮਹਿੰਗੀ ਨੱਥਨੀ, ਬੜਾ ਪਿਆਰ ਕਰਦਾ ਉਹ ਮੈਨੂੰ, ਦੇਖੋ ਕਿੱਡੀ ਸੋਹਣੀ ਨੱਥਨੀ ਭੇਜੀ। ਉਹ ਨੱਥਨੀ ਦੀ ਹੀ ਗੱਲਾਂ ਕਰੀ ਜਾ ਰਹੇ ਅਤੇ ਬਾਬਾ ਕਬੀਰ ਜੀ ਸੁਣਦੇ ਪਏ ਸਨ। ਬਾਬਾ ਕਬੀਰ ਜੀ ਸੁਣ ਸੁਣ ਮੁਸਕਰਾਈ ਜਾਣ, ਅਤੇ ਕਾਹਲੀ ਦੇ ਵਿੱਚ ਨਾ ਅੱਗੇ ਤੁਰਦੇ ਤੁਰਦੇ ਆ ਗਏ, ਅਤੇ ਜਦੋਂ ਬਾਬਾ ਕਬੀਰ ਜੀ ਅੱਗੇ ਆਏ, ਸਾਰਿਆਂ ਨੇ, ਬੀਬੀਆਂ ਨੇ ਵੇਖਿਆ ਤਾਂ ਨਮਸਕਾਰ ਕੀਤੀ, ਕਬੀਰ ਜੀ ਆਪ ਜੀ, ਕਹਿੰਦੇ ਹਾਂ। ਅਤੇ ਉਸ ਬੀਬੀ ਨੂੰ ਕਹਿਣ ਲੱਗੇ, ਕਹਿੰਦੇ ਪੁੱਤਰ ਬੇਟਾ, ਤੇਰੇ ਆਦਮੀ ਨੇ ਨੱਥਨੀ ਭੇਜੀ ਹੈ ਜੀ। ਬਾਬਾ ਕਬੀਰ ਜੀ ਦੇਖੋ ਕਿੱਡੀ ਵਧੀਆ ਨੱਥਨੀ, ਇਹ ਫਲਾਣੀ ਥਾਂ ਤੋਂ ਲੈ ਕੇ ਆਇਆ, ਬੜੀ ਕੀਮਤੀ ਨੱਥਨੀ, ਐਡੀ ਸੋਹਣੀ ਨੱਥਨੀ। ਬਾਬਾ ਕਬੀਰ ਜੀ ਨੇ ਕਿਹਾ, ਗਿਆਨ ਦਿੱਤਾ, ਕਹਿੰਦੇ ਪੁੱਤਰ ਉਸ ਬੱਚੀ ਨੂੰ ਜਿਹਦਾ ਥੋੜ੍ਹੀ ਦੇਰ ਬਾਅਦ ਵਿਆਹ ਹੋਣਾ, ਕਹਿਣ ਲੱਗੇ ਪੁੱਤਰ
नथनी दीनी यार ने तो चिंतन बारंबार, नथनी दीनी यार ने तो चिंतन बारंबार, और नाक दिया करतार ने उसको दिया विसार। एक यार ने नथनी दिती ते चिंतन बारंबार, ते जिस नक दे च नथनी पैनी है, जिस नक दे च नथनी पैनी है, जिस करतार ने नक देता है और नाक दिया करतार ने उसको दिया विसार, उन्हों विसार दिता। जिन्हें नक दिता जिदे च नथनी पैनी, शर्म आ गई उस बीबी नू, शर्म आ गई। यही हाल साडा है सस, किन्नियां दातां निरंकार वाहिगुरु जी ने सानू दित्तियां, किन्नियां दातां, पर दातां दा चिंतन तां रहिंदा है, दातां तां चेते रहिंदियां ने। जिस दातार ने दातां दित्तियां ओ दातार कदे चेते नहीं आया, को सतनाम वाहिगुरु। उत्तर नहीं सी, बड़ी भगती की, अमृत वेला जागया, बंदगी की, चलो नेम किया, पुत्र मिल गया। ओके, हुण इत्थे खेड खत्म हो गई, हुण इत्थों शुरू होंदी है। जिहड़ा मनमुख बंदा है वह फिर पुत्र नाल जुड़ जाता है, मेरा पुत्र, मेरा पुत्र, बस पुत्र ही पुत्र, पुत्र ही पुत्र, पुत्र। जिवें जिवें पुत्र वड्डा होंदा उहदा मोह भी वड्डा होंदा जांदा है, पुत्र ही पुत्र, पुत्र ही पुत्र, बस। जिस करतार ने पुत्र दिता साध संगत, उस करतार का शुकराना सारी जिंदगी नहीं किया, आखो सतना वाहिगुरु। जिथे बैठे उथे शुकराना कर, ए बच्चे, ए बच्चे गुरु नानक की बख्शिश ने, आखो सतना वाहिगुरु। ए गड्डी, ए गड्डी गुरु नानक की कृपा, ए महल माड़िया, ए सचे पातशाह की रहमत है। हर दात दे विचों, हर दात दे विचों गुरु नानक चेते आवे, गुरु नानक चेते आवे। एक छोटी जी चीज भी खरीदो ना, छोटी जी चीज, ते सचे पातशाह की कृपा दे नाल, आखो सतना। आ बोलो, एक बेनती मैं करन लगा, एक छोटी जी जुगती दास तुहाडे नाल सांझी करन लगा। हर वेले असी शुकराने च किवें रह सकते, पता है? हर वेले किवें शुकराने च रह सकते, बस एक चीज अपने जबान च चढ़ा लो, एक चीज अपनी जबान च पक्की कर लो, पक्की। मैं कई सत्संग जबाना चो एक बोल मैं पक्के सुने, वो की, कोई भी चीज कहनी है ना गुरु की कृपा दे नाल, वाहिगुरु जी की कृपा दे नाल, बस ये लफ्ज अगे फिट कर देना। वड्डी गड्डी लई, किसी ने पूछया वाह भाई बड़ी वड्डी गड्डी लई है, बड़ी महंगी गड्डी, हाँ जी सतगुरु जी की कृपा दे नाल, आखो सतनाम। बस खेड खत्म, सारा क्रेडिट किनू गया? गुरु जी नू। बड़ा सोहना महल बनाया, हाँ जी पातशाह ने कृपा की है जी, आखो सतनाम, सतगुरु जी ने कृपा की। बड़ा लायक पुत्र है तुहाडा, उन्हें जो कोई बाणी सुनाई कोई कुछ, बड़ा लायक पुत्र है, बड़ा सियाणा पुत्र, सतगुरां की कृपा है जी। नहीं तो बंदा, हाँ जी बड़ी मेहनत करीदा इहदे उपर, इहदी माता इहनू तीन तीन घंटे बाणी सिखाती है, आ करती, ओ सीधा इको लफ्ज दे विच गल मुका देनी है, नहीं तो अपने गुण गाण करने शुरू कर देने। इहनू ट्यूशन क्लासेस लगा के दित्तियां जी, इहनू असी अपना हारमोनीयम का टीचर भी लगा के दिता है जी, असी असी असी। जदों कोई तुहाडे बच्चे की तारीफ कर रहा है, बड़ा लायक बच्चा है जी, गुरु नानक साहब की कृपा है, वाहिगुरु जी की बख्शिश। किस्सा खत्म, गुरु नानक भी नेड़े बह के सुन रहे होने हैं कि वाह वाह मैं दातां दित्तियां ते सारी सारा क्रेडिट मेरे ते, वाहिगुरु जी नेड़े होकर सुन दे सारा क्रेडिट मेरे ते। हुण एक गल दसो मैनू, चलो मैं गल करन लगा। एक मालक, एक मालक अपने नौकर नूं सब कुछ देंदा है, सब कुछ, तनखा सी 10,000, पर 10,000 तो वध के देंदा, उहदे बच्चियां दी फीसां भी भरदा, उहदी धी दा विआह आया, अद्धा विआह मालक ने कर दिता, सब कुछ देंदा। चलो एक अद्धी चीज उहदे मंगी ते नहीं मिली, मालक दी नहीं मौज होनी, नहीं दित्ती,
बाकी 10,000 तनखा सी 10,000 तो उपर फीसा भी भरिया बच्चों दी है जी 10 साल दीसा भरिया बच्ची का विह भी किया आ भी किया दो चार चीजा ओदिया मंग सी वो नहीं पूरी की मालिक ने हूँ ध्यान देना किसी ने पूछा उस नौकर केंद्र जी तेरा मालक किद हूँ मालक पिछे बह के सुनता पाया कहना की चाहिए सी दसो इत की कहना चाहिए इतने कहना यह चाहिए सी कि मेरे मालक वर्गा मालक कोई हो ही नहीं सकता तो सतना मेरे मालक वर्गा दयालू कोई मालक नहीं हो सकता मेरे मालक वर्गा कृपालू कोई मालक नहीं हो सकता मेरे मालक वर्गा दयावान मेरे मालक वर्गा मालक नहीं हो सकता ओए मैं भागा वाला वा कि जिन्हों ऐसा मालक मिले ते दीवार पिछे मालक सुन सुन के केडा खुश होंदा होएगा कि भाई कमाल है मेरी कीती नू इन्हें जाने है मैं जिन्ना करता रहा इन्हें कीती दा मुल पाया ते जे सत्संग हुण ओ शिकवे ही करता रहे ध्यान देना शिकवे ही करता रहे जी बाकी तो चलो ठीक है करता साडा मालक आ चीज मंगी सी दित्ती तां है नहीं आ भी चीज मंगी सी आ 10 दिन पहले मंगी दित्ती तां है नहीं बाकी ठीक है यार ओदा तो सारे मालक ही करते ने हड भंदा वा मेहनत करता वा अपनी कीती दा मैं लैंदा पिया वा है जी अपनी जिंदगी गाली है अपनी मैं जवानी गाली है तो अगला कर रहा तो कड़ी वड्डी बात हूँ जे इन्नी गल वो बोले तो मालक सुन रहे हूँ दसो मालक की प्रतिक्रिया की होगी आखो सतना की प्रतिक्रिया होगी अगले दिन ही कहेगा ठीक है भाई चल इतों बार हो आखो सतना चल इतों बार इन्ना तेरे नाल कीता पर तेरे को शुकराना नहीं शिकवा ही निकलिया उ हाल आ गया 10 वस्तु ले एक वस्त कारण हाल है साडा करमा वाले हो सच्चाई है हर हाल च करो शुकराना करे शुकराना करे शुकराना करे शुकराना करे शुकराना करे शुकराना करे शुकराना नाम जपावे तुद पावे ता नाम जपावे तुद पावे ता नाम जपावे तुद पावे ता नाम जपावे सुख तेरा दिता लईए सुख तेरा दिता लईए सुख तेरा दिता लईए सुख तेरा सुख तेरा दिता लईए सुख तेरा दिता लईए सुख तेरा दिता लईए सुख तेरा दिता लईए डिक्लेयर कर दियो जी डिक्लेयर बवा चक के डिक्लेयर करो कि गरीब निवाज तुसी दे रहे हो ते खा रहे हो तुसी दे रहे हो ते पहन रहे हो तुसी दे रहे हो ते सुख मान रहे हो बवा खड़ियां करके डिक्लेयर करो जी क्लियर कह दियो सच्चे पातशाह तुहाडियां मेहरां ने ते मेरे बच्चे पलदे पए ने जिस दिन एदां मेहरां वाला हाथ उठ गया ओ रुल जावांगे कौडी दी औकात नहीं रह जाएगी साडी गरीब निवाज आ कृपा रखनी बस ए बेरा वाला हाथ एदा ही सीस ते बनाए रखना को सतना सच्चाई सत श्री अकाल साध संगत जी मैं ता डंगे दी चोट च कहना कई बारी मैं कहना सास कई बारी रुल गए होंदे जे गुरु नानक ना सामदे आखो सतना सच्चाई मैं हिरदे दे तल तो कह रहा मूँह तो नहीं रुल गए होंगे और जे गुरु नानक ना सामदे गुरु नानक ने सामिया होया सात संगत मेरे गुरु नानक की कृपा जो कुछ भी है यह गुरु नानक की कृपा
मेरे पातशाह की कृपा है, मेरे साई की रहमत है। जे मेरा परिवार अज टुक्कर खा रहा है, रोटी खा रहा है, ये गुरु नानक की दित्ती खा रहा है, गुरु नानक दे रहे ने ते खा रहा है, नहीं तो टके टके ते रुलदे होइए, रुलदे होइए सस। ये हिरदे दे तल तो ये आवाज निकले कि सचिया पातशाह शुक्र है। जितने मेरे रोम ने शरीर ते उतने जन्म भी लेके मैं तेरा शुक्राना करा, और नहीं कर सकता तेरा शुक्राना गुरु नानक, नहीं कर सकता। सब तो वड्डा शुक्राना, सब तो वड्डा शुक्राना पता है की है? सब तो वड्डा शुक्राना है ये गरीब निवाज अपने चरणा च थां बख्शी हुई आखो सतनाम। सत श्री अकाल। सब तो वड्डा शुक्राना कि गरीब निवाज तुसी अपने नाल रखिया होया है, अपने नाल दूर कर देण ते की अहमियत रह जाएगी जी? की औकात है बंदे दी? कोटी दी औकात नहीं, गुरु तो बिना सिख दी कोटी दी औकात नहीं। गुरु ने ते सिख है, सिख दी अहमियत दी अपने गुरु करके है। आप सतनाम तुध पावे ता नाम जपावे, तुध पावे ता नाम जपावे, सुख तेरा दिता लईए, सुख तेरा दिता लईए, सुख तेरा दिता लईए, सुख तेरा दिता लईए। वाहे गुरु आहे गुरु, वाहे गुरु आहे गुरु, सिमरो वाहे गुरु वाहे गुरु वाहे गुरु वाहे गुरु, वाहे गुरु 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 वाहे गुरु। ओम मात पिता हम बारक तेरे, तुम मात पिता हम बारक तेरे, तुम मात पिता हम बारक तेरे, तुम मात पिता हम बारक तेरे, तुमरी कृपा मैं सूख कने रे, तुमरी कृपा मैं सूख कने रे जी, तुमरी कृपा मैं सूख कने रे, तुमरी कृपा मैं सूख कने रे। मन मन जावे ए जितने सुख पदार्थ खेड़े खुशियां ने, ए मेरी मेहनत करके नहीं है, गुरु नानक तुहाडी रहमत करके। तुमरी कृपा मैं सुख कने रे, तुमरी कृपा मैं सुख कने रे, तुमरी कृपा मैं सुख कने रे, तुमरी कृपा मैं सुख कने रे। करे शुक्राना, करे शुक्राना, करे दोस्त जा रहे सन, दो दोस्त बड़ी सोहनी कोठी दे अगो लंघे, महल दे अगो लंघे, बड़ा कीमती घर। एक दोस्त ने कहा दूजे नूं, कहिंदा यार जदों इहो जिहियां कोठियां किस्मतां च लिखियां जा रही सन, असी कित्थे सी उदों, जदों इहो जिहियां वड्डियां वड्डियां कोठियां किस्मतां च इत्थे लिखियां जा रही, असी कित्थे सी। दूजे दोस्त ने वेख्या यार इन्ना कुछ निरंकार ने इहनूं दित्ता, इन्नी सोहनी इहनूं अपनी कोठी दित्ती, इन्नियां गड्डियां दित्तियां, सब कुछ, ते फिर भी उहदा शुकराना नहीं शिकवे, अपनी तो थोड़ी जी वधिया कोठी अपने तो उपर दी वेख ली ते शिकवे। कहिंदे हुण इहनूं दिखाउणा ही पैणा, सूत करना ही पैणा। बांह पकड़ी जी, बांह पकड़ के सात संगत लै गया कित्थे, आई सी यू दे विच, हस्पताल दे विच। उत्थे रोगी करदे पए ने हाए हाए हाए, कोई इधरों हाए कोई उधरों हाए। तो दूजा दोस्त पहले नूं कहण लगा, कहिंदे इक गल दस,
ਔਰ ਜਦੋਂ ਇਹਨਾਂ ਦੀ ਕਿਸਮਤ ਲਿਖੀ ਜਾ ਰਹੀ ਸੀ ਅਸੀਂ ਉਦੋਂ ਕਿੱਥੇ ਸੀ ਆਖੋ ਸਤਨਾਮ ਅਸੀਂ ਕਿੱਥੇ ਉਹ ਕਹਿੰਦਾ ਯਾਰ ਸ਼ੁਭ ਸ਼ੁਭ ਬੋਲ ਇਹ ਕੀ ਬੋਲੀ ਜਾਂਦਾ ਕਹਿੰਦੇ ਸ਼ੁਭ ਹੀ ਬੋਲਦਾ ਪਿਆ ਇੰਨਾ ਕੁਝ ਨਿਰੰਕਾਰ ਨੇ ਦਿੱਤਾ ਉਹਦੇ ਸ਼ੁਕਰਾਨੇ ਨਹੀਂ ਉਹਦੇ ਸ਼ੁਕਰਾਨੇ ਨੇ ਹਾਂਜੀ ਅਸਲੀਅਤ ਤੋਂ ਵਾਕਫ ਕਰਾਉਣ ਤੈਨੂੰ ਲੱਗਾ ਤੇ ਉਦੋਂ ਤੂੰ ਕਹਿੰਦਾ ਕਿ ਸ਼ੁਭ ਸ਼ੁਭ ਬੋਲ ਕਹਿੰਦੇ ਉਹ ਕਰਮਾਂ ਵਾਲਿਆ ਜੋ ਗੁਰੂ ਨਾਨਕ ਨੇ ਤੈਨੂੰ ਦਿੱਤਾ ਰਾਜੇ ਰਾਜ ਸ਼ੁਕਰਾਨੇ ਕਰ ਕਹਿੰਦੇ ਹਾਂ ਹੋ ਸਕਦਾ ਹੈ ਤੂੰ ਰਾਜ ਰਾਜ ਸ਼ੁਕਰਾਨੇ ਕਰੇ ਹੋ ਸਕਦਾ ਕਿ ਪਲਟ ਕੇ ਰਾਜ ਰਾਜ ਤੈਨੂੰ ਗੁਰੂ ਨਾਨਕ ਹੋਰ ਦੇਣਾ ਸ਼ੁਰੂ ਕਰ ਦੇਣਾ ਕੋ ਸਤਨਾਮ ਸਤਿ ਸ੍ਰੀ ਅਕਾਲ ਹੋਰ ਤੈਨੂੰ ਦੇਣਾ ਸ਼ੁਰੂ ਕਰ ਦੇ ਪਰ ਸੱਚ ਤਾਂ ਇਹ ਹੈ ਦੇਣਗੇ ਸ਼ੁਕਰਾਨੇ ਦੇ ਏਵਸ ਦੇ ਵਿੱਚ ਜਿਹਦੇ ਕੋਲ ਸ਼ਿਕਵੇ ਨੇ ਜਿਹੜਾ ਹਰ ਵੇਲੇ ਸ਼ਿਕਵੇ ਹੀ ਕਰਦਾ ਰਹਿੰਦਾ ਚਲੋ ਮੈਨੂੰ ਇੱਕ ਗੱਲ ਛੋਟੀ ਜਿਹੀ ਗੱਲ ਦੱਸੋ ਜੀ ਫਿਰ ਸਮਾਪਤੀ ਕਰੇਗਾ ਦੱਸ ਇੱਕ ਬੱਚਾ ਤੁਹਾਡਾ ਬੱਚਾ ਹੈ ਉਸ ਬੱਚੇ ਨੂੰ ਤੁਸੀਂ ਬਹੁਤ ਕੁਝ ਲੈ ਕੇ ਦੇ ਦਿਓ ਉਹ ਮੂੰਹ ਤੋਂ ਕੁਝ ਮੰਗੇ ਤਾਂ ਸਹੀ ਮੂੰਹ ਤੋਂ ਕੁਝ ਮੰਗੇ ਤੇ ਮੰਗਣ ਤੋਂ ਪਹਿਲਾਂ ਪਿਓ ਮਾਂ ਉਹਨੂੰ ਲੈ ਕੇ ਦੇ ਦਿੰਦੀ ਆਹ ਲੈ ਆਹ ਲੈ ਦਾਤਾਂ ਝੋਲੀਆਂ ਦੇ ਭਰੀਆਂ ਝੋਲੀਆਂ ਭਰੀਆਂ ਹੁੰਦੀਆਂ ਦਾਤਾਂ ਦੇ ਨਾਲ ਤੇ ਫਿਰ ਵੀ ਤੁਹਾਡਾ ਬੱਚਾ ਦਸ ਬੰਦਿਆਂ ਅੱਗੇ ਤੁਹਾਡੀ ਨਿੰਦਿਆ ਕਰਦਾ ਹੋਵੇ ਤੁਹਾਨੂੰ ਤੁਹਾਡੀਆਂ ਬਦਖੋਈਆਂ ਕਰਦਾ ਹੋਵੇ ਮੇਰੀ ਮਾਂ ਤਾਂ ਏਦਾਂ ਦੀ ਮੇਰਾ ਪਿਓ ਤਾਂ ਏਦਾਂ ਦਾ ਮੇਰਾ ਇੰਜ ਇੰਜ ਉਹ ਤਾਂ ਮੈਨੂੰ ਕੁਝ ਲੈ ਕੇ ਨਹੀਂ ਦਿੰਦੇ ਜੀ ਮੈਨੂੰ ਕੁਝ ਕਰਦੇ ਨਹੀਂ ਹੁਣ ਤੁਹਾਡੀ ਪ੍ਰਤੀਕਿਰਿਆ ਕੀ ਹੋਏਗੀ ਜੀ ਆਖੋ ਸਤਨਾਮ ਦੱਸੋ ਕੀ ਹੋਏਗੀ ਪ੍ਰਤੀਕਿਰਿਆ ਤੁਹਾਡੀ ਬੱਚੇ 'ਤੇ ਗੁੱਸਾ ਹੀ ਆਏਗਾ ਨਾ ਬੱਚੇ ਨੂੰ ਬਿਠਾ ਕੇ ਪੁੱਛੋਗੇ ਨਾ ਕਿ ਦੱਸ ਤੈਨੂੰ ਕਿਹੜੀ ਕਮੀ ਰੱਖੀ ਤੇਰੇ ਪਿਓ ਨੇ ਕਿਹੜੀ ਕਮੀ ਰੱਖੀ ਤੇਰੇ ਪਿਓ ਨੇ ਤੇ ਤੂੰ ਬਦਖੋਈਆਂ ਕਰਦਾ ਪਿਆ ਤੂੰ ਮੂੰਹੋਂ ਮੰਗਦਾ ਉਹ ਮੂੰਹੋਂ ਤੇਰੇ ਮੂੰਹ 'ਤੇ ਹੁੰਦੀ ਹੈ ਗੱਲ ਤੇਰਾ ਪਿਓ ਪਹਿਲੇ ਲਿਆ ਕੇ ਦੇ ਤੂੰ ਫਿਰ ਬਦਖੋਈਆਂ ਕਰੀ ਜਾਂਦਾ ਕੀ ਉਹ ਬੱਚਾ ਤੁਹਾਡੀ ਖੁਸ਼ੀ ਲਏਗਾ ਨਹੀਂ ਲਏਗਾ ਤੁਹਾਡੀ ਖੁਸ਼ੀ ਆਖੋ ਸਤਨਾਮ ਇੱਦਾਂ ਹੀ ਨਿਰੰਕਾਰ ਵਾਹਿਗੁਰੂ ਜੀ ਸਾਨੂੰ ਦਾਤਾਂ ਦਿੰਦੇ ਨੇ ਦਾਤਾਂ ਨਾਲ ਨਿਵਾਜਦੇ ਨੇ ਜੋ ਅਸੀਂ ਮੰਗਦੇ ਹਾਂ ਬਾਰਕ ਮੁੱਖ ਮੰਗ ਹੈ ਸੋ ਦੇਣਾ ਸਾਨੂੰ ਮਿਲਦਾ ਠੀਕ ਹੈ ਇੱਕ ਅੱਧੀ ਚੀਜ਼ ਨਹੀਂ ਮਿਲੀ ਨਹੀਂ ਮਿਲੀ ਕੋਈ ਹਰ ਬੰਦੇ ਨੂੰ ਹਰ ਚੀਜ਼ ਨਹੀਂ ਮਿਲਦੀ ਜੀ ਹਰ ਬੰਦੇ ਨੂੰ ਹਰ ਸੁੱਖ ਨਹੀਂ ਮਿਲਦਾ ਕਿਸੇ ਨੂੰ ਪੁੱਤਰ ਦਾ ਸੁੱਖ ਨਹੀਂ ਮਿਲਿਆ ਨਹੀਂ ਮਿਲਿਆ ਕਿਸੇ ਨੂੰ ਕੋਈ ਹੋਰ ਚੀਜ਼ ਨਹੀਂ ਮਿਲੀ ਨਹੀਂ ਮਿਲੀ ਹੁਣ ਜਿਹੜੀਆਂ ਬਾਕੀ ਚੀਜ਼ਾਂ ਮਿਲੀਆਂ ਤਾਂ ਉਹਦੇ ਸ਼ਿਕਵੇ ਸ਼ੁਰੂ ਕਰ ਦੇਗਾ ਨਹੀਂ ਹਰ ਪੱਖ ਤੋਂ ਸ਼ੁਕਰਾਨਾ ਹਰ ਪੱਖ ਤੋਂ ਜੇ ਕੋਈ ਚੀਜ਼ ਨਹੀਂ ਵੀ ਮਿਲੀ ਨਾ ਉਹਦਾ ਜ਼ਿਆਦਾ ਸ਼ੁਕਰਾਨਾ ਕਰੋ ਉਹਦਾ ਜ਼ਿਆਦਾ ਸ਼ੁਕਰਾਨਾ ਕਰੋ ਪਤਾ ਕਿਉਂ ਉਹਦਾ ਇੰਨਾ ਸ਼ੁਕਰਾਨਾ ਕਰੋ ਇੰਨਾ ਸ਼ੁਕਰਾਨਾ ਕਰੋ ਕਿ ਗੁਰੂ ਨਾਨਕ ਕਹਿਣ ਮੇਰੇ ਬੱਚਿਆ ਸ਼ਾਬਾਸ਼ ਪਤਾ ਕਿਉਂ ਕਿਉਂਕਿ ਇਸ ਕਰਕੇ ਸ਼ੁਕਰਾਨਾ ਕਰੋ ਗਰੀਬ ਨਿਵਾਜ ਜੇ ਤੁਸੀਂ ਮੈਨੂੰ ਨਹੀਂ ਦਿੱਤੀ ਤੇ ਇਹਦਾ ਮਤਲਬ ਇਹ ਹੈ ਕਿ ਉਹ ਚੀਜ਼ ਮੇਰੇ ਪੱਖ ਦੀ ਹੋਏਗੀ ਨਹੀਂ ਆਖੋ ਸਤਨਾਮ ਉਹ ਮੇਰੇ ਪੱਖ ਦੀ ਚੀਜ਼ ਹੋਏਗੀ ਨਹੀਂ ਤਾਂ ਹੀ ਤੁਸੀਂ ਨਹੀਂ ਦਿੱਤੀ ਨਾ ਜੀ ਤਾਂ ਹੀ ਨਹੀਂ ਦਿੱਤੀ ਇੱਕ ਬੱਚਾ ਮਾਂ ਬਾਪ ਕੋਲੋਂ ਗਲਤ ਚੀਜ਼ ਮੰਗ ਰਿਹਾ ਔਰ ਉਸ ਚੀਜ਼ ਦਾ ਉਹਦੇ ਜੀਵਨ 'ਚ ਬੜਾ ਗਲਤ ਪ੍ਰਭਾਵ ਪੈਂਦਾ ਬੜਾ ਗਲਤ ਪ੍ਰਭਾਵ ਪੈਂਦਾ ਉਹ ਚੀਜ਼ ਉਹਨੂੰ ਉਹਦੇ ਜੀਵਨ ਨੂੰ ਨੁਕਸਾਨ ਪਹੁੰਚਾਉਂਦੀ ਤੇ ਕੀ ਮਾਂ ਬਾਪ ਉਹਨੂੰ ਦੇਣਗੇ ਕਦੇ ਨਹੀਂ ਲੈ ਕੇ ਦੇਣਗੇ ਜੀ ਉਹ ਚੀਜ਼ ਕਦੇ ਨਹੀਂ ਲੈ ਕੇ ਦੇਣਗੇ ਜੇ ਮੈਨੂੰ ਪੁੱਤਰ ਨਹੀਂ ਮਿਲਿਆ ਮੈਨੂੰ ਸਮਝ ਲੈਣਾ ਚਾਹੀਦਾ ਕਿ ਜੇ ਪੁੱਤਰ ਮੈਨੂੰ ਮਿਲਦਾ ਤੇ ਉਹ ਪੁੱਤਰ ਨੇ ਮੈਨੂੰ ਬੜਾ ਨੁਕਸਾਨ ਪਹੁੰਚਾਉਣਾ ਸੀ ਆਖੋ ਸਤਨਾਮ ਤਾਂ ਹੀ ਮੇਰੇ ਸਤਿਗੁਰੂ ਜੀ ਨੇ ਮੈਨੂੰ ਬਚਾ ਦਿੱਤਾ ਮੈਨੂੰ ਪੁੱਤਰ ਦਿੱਤਾ ਹੀ ਨਹੀਂ ਕਿ ਮੇਰੇ ਬੱਚੇ ਦੁਖੀ ਹੋਣੀ ਨਾ ਆਖੋ ਸਤਨਾਮ ਹੋਣੀ ਕਰਮਾਂ ਵਾਲਿਓ ਹਰ ਪੱਖ ਤੋਂ ਹਰ ਕਦਮ 'ਤੇ ਸ਼ੁਕਰਾਨਾ ਹਰ ਕਦਮ 'ਤੇ ਜਿਹੜਾ ਹਰ ਕਦਮ 'ਤੇ ਸ਼ੁਕਰਾਨਾ ਕਰਦਾ ਫਿਰ ਗੁਰੂ ਨਾਨਕ ਦੀ ਅੱਤ ਦੀ ਪ੍ਰਸੰਨਤਾ ਅੱਤ ਦੀ ਪ੍ਰਸੰਨਤਾ ਉਹਦੇ 'ਤੇ ਬਣੀ ਰਹਿੰਦੀ ਹੈ ਜੀ ਬਣੀ ਰਹਿੰਦੀ ਸਾਰੇ ਕਿਰਪਾ ਕਰਿਓ ਬੋਲਿਓ ਫਿਰ ਪੰਕਤੀ ਪੜ੍ਹ ਕੇ ਕਰੀਏ ਜੀ ਸਮਾਪਤੀ ਸਾਰੇ ਕਿਰਪਾ ਕਰਿਓ ਤਉ ਕਿਰਪਾ ਤੇ ਸੁਖ ਪਾਇਆ ਤਉ ਕਿਰਪਾ ਤੇ ਸੁਖ ਪਾਇਆ ਪਾਇਆ ਤਉ ਕਿਰਪਾ ਤੁਹਾਡੀ ਕਿਰਪਾ ਦੇ ਵਿੱਚ ਤਉ ਕਿਰਪਾ ਤੇ ਸੁਖ ਪਾਇਆ ਪਾਇਆ ਤਉ ਕਿਰਪਾ ਤੇ ਸੁਖ ਪਾਇਆ ਤਉ ਕਿਰਪਾ ਤੇ ਸੁਖ ਪਾਇਆ ਤਉ ਕਿਰਪਾ ਤੇ ਸੁਖ
ते सुख पाया अगर तुहानू ए वीडियो बढ़िया लगी है तो लाइक करो अते अगे शेयर जरूर करो जी।